ਕੁਦਰਤ ਦਾ ਨਿਯਮ ਹੈ ਕਿ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਮੁਹੱਬਤ ਕਰਦੇ ਆਂ ਇਹ ਜ਼ਰੂਰੀ ਨਹੀਂ ਹੈ ਕਿ ਉਹ ਮੁਹੱਬਤ ਕਰੇ। ਕਈ ਵਾਰੀ ਮੁਹੱਬਤ ਵਨ ਸਾਈਡਡ ਵੀ ਹੋ ਸਕਦੀ ਹੈ। ਤਾਂ ਵਨ ਸਾਈਡਡ ਤਾਂ ਖਤਰਨਾਕ ਹੁੰਦੀ ਹੈ। ਤੇ ਮੈਂ ਕਿਹੜਾ ਹਰ ਜਾਣਾ? ਮੇਰਾ ਜਨਮ ਹੀ ਪਿਆਰ ਲਈ ਹੋਇਆ। ਮੈਂ ਪੰਜਾਬ ਨੂੰ ਪਿਆਰ ਕਰਦੇ ਰਹਿਣਾ। ਮੈਂ ਪੰਜਾਬ। ਇਲੈਕਸ਼ਨ ਤਾਂ ਮੈਂ ਐਥਕੀ ਵੀ ਨਹੀਂ ਸੀ ਲੜਨਾ ਚਾਹੁੰਦਾ। ਮੈਂ ਕਿਹਾ ਸੀ ਆਪਣੇ ਪਾਰਟੀ ਨੂੰ ਕਿ ਮੈਂ ਮੇਰਾ ਸੰਗੀਤ ਲਈ ਜਨਮ ਹੋਇਆ। ਇੱਕ ਕਦਮ ਮੈਂ ਪੁੱਟਿਆ ਸੀ ਉਹਦਾ ਮੈਂ ਇਫਜ਼ਾਨਾ ਭੁਗਤ ਰਿਆ ਲੇਕਿਨ ਐਤ ਕੀ ਲੜਨਾ ਇਸ ਕਰਕੇ ਕਿ ਮੇਰੀ ਪਾਰਟੀ ਔਰ ਮੇਰੇ ਲੀਡਰ ਨਰਿੰਦਰ ਭਾਈ ਮੋਦੀ ਸਾਹਿਬ ਮੁਬਾਰਕਾ ਹੋਣ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਰਿਹਾ ਬੜੇ ਖੁਸ਼ੀ ਦਾ ਪਾਲਿਆ ਉਹਨਾਂ ਨੇ ਮੇਰੇ ਤੇ ਇਹਿਸਾਨ ਕੀਤਾ ਸੀ ਮੈਂ ਚਾਹੁੰਦਾ ਸੀ ਕਿ ਕਹਿਣਾ ਕਿ ਜਿੱਤਣ ਲਈ ਸਾਰੇ ਤਿਆਰ ਰਹਿੰਦੇ ਹਾਰਨ ਲਈ ਵੀ ਕੋਈ ਜਾਵੇ ਰਿਸਕੀ ਸੀਟ ਸੀ ਪਰ ਮੈਨੂੰ ਕੋਈ ਪਛਤਾਵਾ ਨਹੀਂ ਮੈਂ ਇਹ ਨਹੀਂ ਕਵਾਂਗਾ ਕਿ ਮੈਂ ਉਦੋਂ ਪਗੜਾ ਹੋ ਗਿਆ ਸੀ ਜਦ ਭੱਜ ਗਿਆ ਸੀ ਉਹਨਾਂ ਦੇ एहसानਾਂ ਨੂੰ ਭੁੱਲ ਕੇ ਦੁਬਾਰਾ 27 ਦਾ ਸਰਵਜੀਤ ਸਿੰਘ ਖਾਲਸਾ ਜੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈਆਂ ਦਵਾਂਗਾ ਕਿ ਉਹ ਉੱਥੇ ਜਿੱਤੇ ਨੇ ਕਿ ਜਿੱਥੇ ਵੀ ਗਏ ਉੱਥੇ ਕਿਹਾ ਜੀ ਨਸ਼ੇ ਬੰਦ ਕਰੋ ਲੇਕਿਨ ਵੋਟਾਂ ਤੋਂ ਪਹਿਲਾਂ ਹੀ ਨਸ਼ਾ ਤਕਸੀਮ ਕਰਨਾ ਪੈਂਦਾ ਨਸ਼ਾ ਵੰਡਣਾ ਪੈਂਦਾ ਵੋਟਾਂ ਪਵਾਉਣ ਲਈ ਇਹ ਦੇਖੋ ਕਿੱਡੀ ਵੱਡੀ ਵਿਡੰਬਨਾ ਹੈ ਤੇ ਇਸ ਗੱਲੋਂ ਵੀ ਮੈਂ ਆਪਣੇ ਆਪ ਨੂੰ ਕਹਾਂਗਾ ਕਿ ਪੈਸੇ ਚਲੋ ਕਿਤੇ ਥੋੜੇ ਬਹੁਤੇ ਦਿੱਤੇ ਹੋਣਗੇ ਪਰ ਮੈਂ ਲੈ ਨਹੀਂ ਕਿਤੇ ਮੇਰਾ ਕੋਈ ਰੋਲ ਨਹੀਂ ਨਾ ਕਾਨੂੰਨ ਬਣਾਉਣ ਵਿੱਚ ਨਾ ਕੈਨਸਲ ਕਰਨ ਵਿੱਚ ਨਵਾਂ ਬੰਦਾ ਸੀ ਦਿੱਲੀੋਂ ਮੈਂ ਜਿੱਤਿਆ ਸੀ ਉਦੋਂ ਵੀ ਮੈਂ ਬਰਦਾਸ਼ਤ ਕਰਦਾ ਰਿਹਾ ਐਤ ਕੀ ਤਾਂ ਐਂਡ ਹੋ ਗਿਆ ਤੇ ਮੈਨੂੰ ਤਕਲੀਫ ਇਹ ਰਹੇਗੀ ਕਿ ਜਿਨ੍ਹਾਂ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ ਉਹ ਵੀ ਮੈਨੂੰ ਪਿਆਰ ਕਰਦੇ ਨੇ ਸ਼ਾਇਦ ਜੱਥੇਬੰਦੀਆਂ ਵੱਲੋਂ ਕੋਈ ਥੋੜੀ ਬਹੁਤੀ ਪ੍ਰੋਬਲਮ ਥੋੜੀ ਬਹੁਤੀ ਨਹੀਂ ਬਹੁਤ ਆਈ ਅਦਰਵਾਈਜ਼ ਨਾ ਮੈਂ ਕਿਸਾਨਾਂ ਦੇ ਖਿਲਾਫ ਨਾ ਕਿਸਾਨੀ ਦੇ ਖਿਲਾਫ ਨਾ ਆਪਣੇ ਲੋਕਾਂ ਦੇ ਖਿਲਾਫ ਨਾ ਪੰਜਾਬ ਦੇ ਖਿਲਾਫ ਨਾ ਪੰਜਾਬੀ ਦੇ ਖਿਲਾਫ ਨਾ ਚੱਲਿਆ ਤੇ ਨਾ ਮੈਨੂੰ ਮਾਲਕਤ ਵੀ ਕੋਈ ਐਸਾ ਕੰਮ ਕਰਵਾ ਦੇ ਲੋਕੀ ਦਿੱਲੀ ਚ ਬਹਿ ਕੇ ਕਿੰਨੀ ਚਮਚਗਿਰੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਮੈਂ ਹਾਂ ਪੰਕਜ ਕਪਾਈ ਤੁਸੀਂ ਦੇਖ ਰਹੇ ਹੋ న్యూਸ ਇਟ ਇਨ ਪੰਜਾਬ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਇੱਕ ਸੀਟ ਸੀ ਫਰੀਦਕੋਟ ਦੀ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹੀ ਔਰ ਉੱਥੇ ਸਰਬਜੀਤ ਸਿੰਘ ਖਾਲਸਾ ਹੋਰੀ ਜਿੱਤੇ ਆਜ਼ਾਦ ਜਿੱਤੇ ਲੇਕਿਨ ਜਿਹੜੀਆਂ ਸੁਰਖੀਆਂ ਵਟੋਰੀਆਂ ਉਹ ਵਟੋਰੀਆਂ ਸੀ ਭਾਜਪਾ ਦੇ ਉਮੀਦਵਾਰ ਪਦਮਸ਼ੀਲੀ ਹੰਸਰਾਜ ਹੰਸੋਰਾ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਵਜ੍ਹਾ ਕਰਕੇ ਸੀਟ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਕਈ ਥਾਵਾਂ ਤੇ ਬਹੁਤ ਜ਼ਬਰਦਸਤ ਵਿਰੋਧ ਦੇਖਣ ਨੂੰ ਮਿਲਿਆ ਲੇਕਿਨ ਲਗਾਤਾਰ ਭਾਜਪਾ ਦੇ ਲਈ ਪ੍ਰਚਾਰ ਕਰਦੇ ਰਹੇ ਗੱਲਬਾਤ ਕਰਦੇ ਆ ਸਸ਼ੀ ਗਾਲ ਜੀ ਕੀ ਹਾਲ ਹੈ ਸਸ਼ੀਕਲ ਪੰਕਜ ਜੀ ਵੈਲਕਮ 2 ਮਹੀਨੇ ਪੂਰਾ ਜੋਰ ਅਜਮਾਇਸ਼ ਕੀਤਾ ਹਾਲਾਂਕਿ ਹਾਰ ਗਏ ਲੇਕਿਨ ਇਹ ਸੀਡ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਤੁਹਾਡੀ ਰਹੀ ਹੈ ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਹਾਰਿਆਂਆਂ ਕੋਲ ਵੀ ਆਉਂਦੇ ਹੋ ਉੱਥੇ ਵੀ ਆਉਂਦੇ ਰਹੇ ਔਰ ਬੜਾ ਤੁਸੀਂ ਮੇ ਮਦਦ ਕੀਤੀ ਮੈਂ ਇਸ ਤੋਂ ਪਹਿਲਾਂ ਕਿ ਆਪਣੀ ਗੁਫ਼ਤਗੂ ਸ਼ੁਰੂ ਕਰਾਂ ਹਲਕਾ ਫਰੀਦਕੋਟ ਦੇ ਵਾਸੀਆਂ ਦਾ ਕੋਟ ਕੋਟ ਧੰਨਵਾਦ ਸਾਹ ਸਾਹ ਨਾਲ ਧੰਨਵਾਦ ਰਾਤ ਦਿਨ ਉਹਨਾਂ ਨੇ ਇੱਕ ਕੀਤਾ ਇੰਨਾ ਅਥਾ ਪਿਆਰ ਮਿਲਿਆ ਬਾਬਾ ਫਰੀਦ ਜੀ ਦੀ ਮਕਦਸ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਛੇਵੇਂ ਪਾਤਸ਼ਾਹ ਦੇ ਚਰਨ ਛੋਹ ਧਰਤੀ ਮੈਂ ਤਾਂ ਜਿਹੜਾ ਮੈਨੂੰ ਮੇਨ ਲਾਲਚ ਹੁੰਦਾ ਜ਼ਿਆਰਤਾਂ ਕਰਨੀਆਂ ਮੱਥੇ ਟੇਕਣੇ ਬਹੁਤ ਅਲੱਗ ਅਲੱਗ ਜਗ੍ਹਾ ਇਤਿਹਾਸਿਕ ਜਗ੍ਹਾ ਮੱਥੇ ਵੀ ਟੇਕੇ ਬੜਾ ਇੰਜੋਏ ਕੀਤਾ ਬੜੇ ਸੱਜਣ ਮਿਲੇ ਮੈਂ ਹਲਕਾ ਫਰੀਦਕੋਟ ਵਾਸੀ ਹਾਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਤੇ ਬੀਜੇਪੀ ਦੇ ਅਣਥੱਕ ਵਰਕਰ ਜਿਨ੍ਹਾਂ ਨੇ ਕਦੀ ਇਲੈਕਸ਼ਨ ਨਹੀਂ ਸੀ ਲੜਿਆ ਸਾਰੇ ਨਵੇਂ ਬੰਦੇ ਸੀ ਬੱਚੇ ਵੀ ਸੀ ਕੁਝ ਮਾੜਾ ਮੋਟਾ ਸੀਨੀਅਰ ਬੰਦੇ ਸੀ ਬਾਕੀ ਸਾਰੇ ਨੌਜਵਾਨ ਸੀ ਜਿਨ੍ਹਾਂ ਨੇ ਕਦੀ ਬਿਲਕੁਲ ਐਕਸਪੀਰੀਅੰਸ ਨਹੀਂ ਸੀ ਰਾਤ ਦਿਨ ਇੱਕ ਕਰਕੇ ਸਾਡੇ ਵਰਕਰ ਸਹਿਬਾਨ ਨੇ ਕਾਰਿਆਕਰਤਾ ਦਿੱਲੀ ਚ ਕਹਿ ਦਿੰਦੇ ਉਹਨਾਂ ਨੇ ਕੀਤਾ ਔਰ ਮੈਂ ਇੱਕ ਵਾਰੀ ਫਿਰ ਹਲਕਾ ਫਰੀਦਕੋਟ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੁਸੀਂ ਇੰਨਾ ਪਿਆਰ ਦਿੱਤਾ ਇੰਨੀ ਮੁਹੱਬਤ ਦਿੱਤੀ ਔਰ ਜਦੋਂ ਵੀ ਕਿਤੇ ਤੁਸੀਂ ਯਾਦ ਫਰਮਾਓਗੇ ਮੈਂ ਮੈਨੂੰ ਇਹ ਵੀ ਲਾਲਚ ਹੈ ਮੱਥਾ ਟੇਕਦੇ ਰਾਵਾਂਗੇ ਬਾਬਾ ਫਰੀਦ ਜੀ ਦੀ ਮੁਕੱਦਸ ਧਰਤੀ ਤੇ ਔਰ ਤੁਹਾਡੇ ਲਈ ਮੇਰੇ ਮਨ ਚ ਬਹੁਤ ਜ਼ਿਆਦਾ ਸਤਿਕਾਰ ਹੈ ਅਥਾ ਪਿਆਰ ਹੈ ਇਹ ਸੀ ਬਣਿਆ ਰਹੇਗਾ ਇਹ ਸੀਟ ਦੇ ਵਿੱਚ ਮੁਕਾਬਲਾ ਸੀ ਹੰਸ ਰਾਜ ਹੰਸ ਵਰਸਸ ਕਰਮਜੀਤ ਅਨਮੋਲ ਜੀ ਕਰਮਜੀਤ ਅਨਮੋਲ ਵੀ ਹਾਰ ਗਏ ਤੁਹਾਡੇ ਸਾਥੀ ਨੇ ਤੁਸੀਂ ਵੀ ਹਾਰ ਗਏ ਸਰਬਜੀਤ ਸਿੰਘ ਖਾਲਸਾ ਹੋਰੀ ਜਿੱਤ ਗਏ ਕੀ ਫੈਕਟਰ ਤੁਹਾਨੂੰ ਨਜ਼ਰ ਆਇਆ ਕਿ ਸਰਬਜੀਤ ਸਿੰਘ ਖਾਲਸਾ ਆਜ਼ਾਦ ਕਿਵੇਂ ਜਿੱਤ ਗਏ ਸਦਾ ਸਰਬਜੀਤ ਸਿੰਘ ਖਾਲਸਾ ਜੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈਆਂ ਦਵਾਂਗਾ ਕਿ ਉਹ ਉੱਥੇ ਜਿੱਤੇ ਨੇ ਜਿੱਤ ਹਾਰ ਮਾਲਕ ਦੇ ਹੱਥ ਹੁੰਦੀ ਹੈ ਤੁਹਾਡਾ ਕੰਮ ਹੈ ਐਫਰਟਸ ਕਰਨਾ ਤੁਹਾਡਾ ਕੰਮ ਹੈ ਇਮਾਨਦਾਰੀ ਨਾਲ ਲੜਨਾ ਮੈਂ ਇੱਕ ਗੱਲ 'ਚ ਆਪਣੇ ਆਪ ਨੂੰ ਸ਼ਾਬਾਸ਼ੀ ਦਵਾਂਗਾ ਕਿ ਮੈਂ ਐਲਾਨ ਕਰਤਾ ਸੀ ਵੀ ਇੱਕ ਬੜੀ ਵਿਡੰਬਨਾ ਆ ਬੜੀ ਤਰਾਸਦੀ ਆ ਕਿ ਜਿੱਥੇ ਵੀ ਗਏ ਉੱਥੇ ਕਿਹਾ ਜੀ ਨਸ਼ੇ ਬੰਦ ਕਰੋ ਲੇਕਿਨ ਵੋਟਾਂ ਤੋਂ ਪਹਿਲਾਂ ਹੀ ਨਸ਼ਾ ਤਕਸੀਮ ਕਰਨਾ ਪੈਂਦਾ ਨਸ਼ਾ ਵੰਡਣਾ ਪੈਂਦਾ ਵੋਟਾਂ ਪਵਾਉਣ ਲਈ ਇਹ ਦੇਖੋ ਕਿੰਡੀ ਵੱਡੀ ਵਿਡੰਬਨਾ ਆ ਸ਼ਰਾਬ ਹਰ ਤਰ੍ਹਾਂ ਦਾ ਨਸ਼ਾ ਵੰਡਣਾ ਪੈਂਦਾ ਮੈਂ ਜਲੰਧਰ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜਿਆ ਉਦੋਂ ਵੀ ਜੇ ਤੁਹਾਨੂੰ ਯਾਦ ਹੋਵੇ ਮੈਂ ਐਲਾਨ ਕੀਤਾ ਸੀ ਕਿ ਮੈਂ ਜ਼ਹਿਰ ਪਿਆ ਕੇ ਜਿੱਤ ਵੀ ਗਿਆ ਤੇ ਮੈਂ ਹਰਿਆ ਆ ਉੱਥੇ ਵੀ ਇਦਾਂ ਕੀਤਾ ਕਿ ਬੜੀ ਮੁਕੱਦਸ ਧਰਤੀ ਆ ਪੂਜਣਯੋਗ ਧਰਤੀ ਆ ਕਿਸੇ ਕਿਸਮ ਦਾ ਨਸ਼ਾਨੀ ਤਕਸੀਮ ਕਰਨਾ ਦੂਜੀ ਗੱਲ ਹਰ ਪੋਲਿਟਿਸ਼ੀਅਨ ਤੋਂ ਸੰਗਤ ਉਮੀਦ ਕਰਦੀ ਹੈ ਇਹ ਇਮਾਨਦਾਰ ਰਹੇ ਤੇ ਪੈਸੇ ਵੀ ਦੇਣੇ ਪੈਂਦੇ ਵੋਟਾਂ ਪਵਾਉਣ ਲਈ ਤੇ ਇਸ ਗੱਲੋਂ ਵੀ ਮੈਂ ਆਪਣੇ ਆਪ ਨੂੰ ਕਹਾਂਗਾ ਕਿ ਪੈਸੇ ਚਲੋ ਕਿਤੇ ਥੋੜੇ ਬਹੁਤੇ ਦਿੱਤੇ ਹੋਣਗੇ ਪਰ ਮੈਂ ਲੈ ਨਹੀਂ ਕਿਤੇ ਜਿਹੜਾ ਵੀ ਬੰਦਾ ਇਲੈਕਸ਼ਨ ਚ ਖੜਾ ਹੁੰਦਾ ਉਹਨੂੰ ਫੰਡ ਮਿਲਦਾ ਲੋਕਾਂ ਵੱਲੋਂ ਮੈਂ ਮਾਈਕ 'ਚ ਕਹਿੰਦਾ ਸੀ ਮੈਨੂੰ ਫੰਡ ਨਹੀਂ ਮੈਨੂੰ ਸਪੋਰਟ ਚਾਹੀਦੀ ਆ ਮਾਲਕ ਦਾ ਦਿੱਤਾ ਬਹੁਤ ਕੁਝ ਆ ਇੱਕ ਆ ਦੁੱਕਾ ਕੋਈ ਦੋਸਤ ਦੋ ਜਾਂ ਚਾਰ ਬੰਦੇ ਜਿਆਦਾ ਤੋਂ ਜਿਆਦਾ ਕਿਤੇ ਥੋੜਾ ਬਹੁਤਾ ਉਹਨਾਂ ਨੇ ਦਿੱਤਾ ਹੋਵੇਗਾ ਉਹਨਾਂ ਦਾ ਮੈਂ ਧੰਨਵਾਦੀ ਆ ਨਹੀਂ ਤਾਂ ਮੈਂ ਨਾ ਹੀ ਕਰ ਦਿੰਦਾ ਸੀ ਇੱਕ ਸਿੰਗਲ ਪੈਣੀ ਵੀ ਮੈਂ ਮناسب ਨਹੀਂ ਸਮਝਦਾ ਕਿਸਾਨ ਲੀਡਰ ਬਹੁਤ ਜ਼ਬਰਦਸਤ ਵਿਰੋਧ ਕਰ ਰਹੇ ਸੀ ਜਿਸ ਦਿਨ ਪ੍ਰਧਾਨ ਮੰਤਰੀ ਵੀ ਆਏ ਪਟਿਆਲੇ ਦੇ ਵਿੱਚ ਉਸ ਦਿਨ ਤੁਹਾਡੀ ਗੱਡੀ ਪੰਨੀ ਗਈ ਉਸ ਵੇਲੇ ਕੀ ਹੋਇਆ ਸੀ ਮੈਂ ਇਹ ਕਹਾਗਾ ਕਿ ਜੀ ਇਸ ਸਮਾਜ ਨੂੰ ਖਾਸ ਤੌਰ ਤੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਮੈਂ ਪਿਆਰ ਕਰਦਾ ਸ਼ਾਇਦ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਔਰ ਮੈਨੂੰ ਪ੍ਰਮੋਟ ਕੀਤਾ ਮੇਰੇ ਸਾਰੇ ਪ੍ਰੋਗਰਾਮ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਕਰਜ਼ਦਾਰ ਹਾਂ ਮੈਂ ਇਲੈਕਸ਼ਨ 'ਚ ਵੀ ਕਹਿੰਦਾ ਰਿਹਾ ਕਿ ਮੈਂ ਅਕਿਰਤ ਕਰਨ ਨਹੀਂ ਇਹਸਾਨ ਫਰاموش ਨਹੀਂ ਜਿਨ੍ਹਾਂ ਦਾ ਰਿਜ਼ਕ ਖਾਦਾ ਉਹਨਾਂ ਨਾਲ ਮੈਂ ਕੋਈ ਬੇਈਮਾਨੀ ਕਰਾਂ ਪਹਿਲਾ 1.5 ਸਾਲ ਅੰਦੋਲਨ ਚੱਲਿਆ ਉਦੋਂ ਵੀ ਬੇਬਹਾ ਗਾਲਾਂ ਖਾਧੀਆਂ ਬਿਨਾਂ ਕਸੂਰ ਤੋਂ ਮੇਰਾ ਕੋਈ ਰੋਲ ਨਹੀਂ ਨਾ ਕਾਨੂੰਨ ਬਣਾਉਣ ਵਿੱਚ ਨਾ ਕੈਨਸਲ ਕਰਨ ਵਿੱਚ ਨਵਾਂ ਬੰਦਾ ਸੀ ਦਿੱਲੀੋਂ ਮੈਂ ਜਿੱਤਿਆ ਸੀ ਉਦੋਂ ਵੀ ਮੈਂ ਬਰਦਾਸ਼ਤ ਕਰਦਾ ਰਿਹਾ ਐਤ ਕੀ ਤਾਂ ਐਂਡ ਹੋ ਗਿਆ ਤੇ ਮੈਨੂੰ ਤਕਲੀਫ ਹੀ ਰਹੇਗੀ ਕਿ ਜਿਨ੍ਹਾਂ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ ਉਹ ਵੀ ਮੈਨੂੰ ਪਿਆਰ ਕਰਦੇ ਨੇ ਸ਼ਾਇਦ ਜੱਥੇਬੰਦੀਆਂ ਵੱਲੋਂ ਕੋਈ ਥੋੜੀ-ਬਹੁਤੀ ਪ੍ਰੋਬਲਮ ਥੋੜੀ-ਬਹੁਤੀ ਨਹੀਂ ਬਹੁਤ ਆਈ ਤੇ ਮੈਂ ਇਹੀ ਕਵਾਂਗਾ ਕਿ ਮੇਰਾ ਜਨਮ ਪਿਆਰ ਕਰਨ ਲਈ ਹੋਇਆ ਮੈਂ ਤੁਹਾਨੂੰ ਪਿਆਰ ਹੀ ਕਰਦਾ ਰਹਿਣਾ ਤੁਸੀਂ ਕਿਸੇ ਵੀ ਗੱਲੋਂ ਮੇਰੇ ਨਾਲ ਜਿਹੜੀ ਵੀ ਵਜ੍ਹਾ ਆ ਤੁਸੀਂ ਨਰਾਜ਼ ਹੋ ਜਾਂ ਗੁੱਸੇ ਵਿੱਚ ਸਿਗੇ ਤੇ ਚਲੋ ਹੁਣ ਮੈਚ ਖਤਮ ਹੋ ਗਿਆ ਹੁਣ ਇਲੈਕਸ਼ਨ ਵੀ ਓਵਰ ਹੋ ਗਿਆ ਹੁਣ ਆਪਾਂ ਇੱਕ ਦੂਜੇ ਪ੍ਰਤੀ ਰੰਜਸ਼ਾਂ ਛੱਡ ਲਈਏ ਮੇਰੇ ਮਨ ਚ ਤਾਂ ਪਹਿਲਾਂ ਹੀ ਨਹੀਂ ਸੀ ਸਵਾ ਸਾਲ ਪਹਿਲਾਂ ਗਾਲਾਂ ਖਾਧੀਆਂ ਅਨਗਿਣਤ 2 ਮਹੀਨੇ ਵੇਖਾਧੀਆਂ ਸਿਰਫ ਇੱਕ ਵਾਰੀ ਮੈਨੂੰ ਇਸ ਦੌਰਾਨ ਥੋੜਾ ਜਿਹਾ ਜ਼ਮੀਰ ਜਾਗੀ ਕਹਿ ਲੋ ਜਾਂ ਗੁੱਸਾ ਜਾਗਿਆ ਸੀ ਜਦੋਂ ਮੇਰੇ ਸਾਹਮਣੇ ਇੱਕ ਬੰਦਾ ਰੋਇਆ ਕਿ ਮੇਰੀ ਧੀ ਔਰ ਮੇਰੀ ਮਾਂ ਦੇ ਕੱਪੜੇ ਪਾੜੇ ਗਏ ਉਹਨਾਂ ਨੂੰ ਬਹੁਤ ਅਪਸ਼ਬਦ ਬੋਲੇ ਗਏ ਔਰ ਉਦੋਂ ਮੈਂ ਥੋੜਾ ਜਿਹਾ ਟੈਂਪਰ ਲੂਜ਼ ਕੀਤਾ ਉਹਦੇ ਲਈ ਵੀ ਮੈਂ ਆਪਣੇ ਆਪ ਨੂੰ ਸ਼ਾਬਾਸ਼ ਨਹੀਂ ਦੇ ਸਕਦਾ ਉਦੋਂ ਵੀ ਮੈਨੂੰ ਪੇਸ਼ੈਂਸ ਰੱਖਣੀ ਚਾਹੀਦੀ ਸੀ ਪਰ ਮੈਂ ਰੱਖ ਨਹੀਂ ਸਕਿਆ ਮੈਂ ਇਨਸਾਨ ਹਾਂ ਅਦਰਵਾਇਜ਼ ਨਾ ਮੈਂ ਕਿਸਾਨਾਂ ਦੇ ਖਿਲਾਫ ਮੈਂ ਕਿਸਾਨੀ ਦੇ ਖਿਲਾਫ ਨਾ ਆਪਣੇ ਲੋਕਾਂ ਦੇ ਖਿਲਾਫ ਨਾ ਪੰਜਾਬ ਦੇ ਖਿਲਾਫ ਨਾ ਪੰਜਾਬੀਅਤ ਦੇ ਖਿਲਾਫ ਨਾ ਚੱਲਿਆ ਤੇ ਨਾ ਮੈਨੂੰ ਮਾਲਕ ਦੀ ਕੋਈ ਐਸਾ ਕੰਮ ਕਰਵਾਵੇ ਲੋਕੀ ਦਿੱਲੀ ਚ ਬਹਿ ਕੇ ਕਿੰਨੀ ਚਮਚਗਿਰੀ ਕਰ ਸਕਦੇ ਆ ਕੁਝ ਵੀ ਹਾਸਲ ਕਰਨ ਲਈ ਅਹੁਦੇ ਹਾਸਲ ਕਰਨ ਲਈ ਮੈਂ ਬਤੌਰ ਐਮਪੀ ਉਸ ਦੌਰਾਨ ਜਦੋਂ ਲੰਬਾ ਅੰਦੋਲਨ ਚੱਲਿਆ ਉਦੋਂ ਵੀ ਨਹੀਂ ਗਲਤ ਬੋਲਿਆ ਹੁਣ ਵੀ ਨਹੀਂ ਬੋਲਿਆ ਅੱਗੋਂ ਵੀ ਨਹੀਂ ਬੋਲਾਂਗਾ ਤੁਸੀਂ ਕਿਹਾ ਕਿ ਇੱਕ ਵਾਰ ਤੁਹਾਡਾ ਟੈਂਪਰ ਲੂਜ਼ ਹੋਇਆ ਤੁਸੀਂ ਕਹਿ ਦਿੱਤਾ ਕਿ 2 ਜੂਨ ਤੋਂ ਬਾਅਦ ਦੇਖ ਲਵਾਂਗੇ ਤੁਹਾਨੂੰ ਲੱਗਦਾ ਤੁਹਾਡੇ ਉਸ ਬਿਆਨ ਦੀ ਵਜ੍ਹਾ ਕਰਕੇ ਤੁਸੀਂ ਪੰਜਵੇਂ ਨੰਬਰ ਤੇ ਆ ਗਏ ਸ਼ਾਇਦ ਉਹ ਬਿਆਨ ਨਾ ਦਿੱਤਾ ਹੁੰਦਾ ਤਾਂ ਸਮੀਕਰਨ ਕੁਝ ਹੋਰ ਹੋ ਸਕਦੀ ਸੀ ਉਹ ਪਰਸਨਲੀ ਕਿਸਾਨ ਜਥੇਬੰਦੀਆਂ ਲੈ ਕੇ ਕਿ 2 ਜੂਨ ਉਹ ਬਿਆਨ ਦੇਣਾ ਹੀ ਬੰਦਦਾ ਸੀ ਦੇਣਾ ਬੰਦ ਸਾਡੇ ਗੁਰੂ ਸਾਹਿਬਾਨ ਨੇ ਇਹ ਨਹੀਂ ਸਾਨੂੰ ਸਿਖਾਇਆ ਕਿ ਧੀਆਂ ਪਹਿਣਾ ਦੀ ਇੱਜ਼ਤ ਤੁਹਾਡੇ ਸਾਹਮਣੇ ਨਿਲਾਮ ਹੁੰਦੀ ਹੋਵੇ ਤੇ ਤੁਸੀਂ ਖਾਮੋਸ਼ ਰਹੋ ਤੇ ਕਸੂਰ ਸਿਰਫ ਮੇਰਾ ਉਹਦਾ ਇਹੀ ਸੀਗਾ ਉਹਨੇ ਮੇਰਾ ਮੀਟਿੰਗ ਕਰਾਉਣੀ ਸੀ ਉੱਥੇ ਜਾਂ ਪ੍ਰੋਗਰਾਮ ਜਿਹੜਾ ਪ੍ਰੋ ਪਿੰਡਾ ਸੀਗਾ ਉਦੋਂ ਮੇਰਾ ਬੋਲਣਾ ਜਾਇਜ਼ ਸੀ ਮੈਨੂੰ ਕੋਈ ਪਛਤਾਵਾ ਨਹੀਂ ਲੇਕਿਨ ਉਹਦੇ ਵਿੱਚ ਮੈਂ ਉਹਨਾਂ ਬੰਦਿਆਂ ਬਾਰੇ ਬੋਲਿਆ ਸੀ ਜਿਹੜੇ 2-4 ਬੰਦੇ ਉਸ ਪਿੰਡ 'ਚ ਸੀਗੇ ਲੇਕਿਨ ਉਹ 2 ਜੂਨ ਦੇ ਵਾਲੇ ਬਿਆਨ ਨੂੰ ਲੈ ਕੇ ਨੁਕਸਾਨ ਹੋਇਆ ਤੁਹਾਨੂੰ ਲੱਗਦਾ ਹੈ ਕਿ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਜ਼ਮੀਰ ਵਾਲੇ ਲੋਕ ਹੈ ਉਹਨਾਂ ਨੇ ਕਿਹਾ ਹੁਣ ਬੋਲਣਾ ਬਣਦਾ ਹੀ ਸੀ ਜੇ ਹੁਣ ਵੀ ਨਾ ਤੂੰ ਬੋਲਦਾ ਤੇ ਫਿਰ ਸਿਰਫ ਇਲੈਕਸ਼ਨ ਜਿੱਤਣ ਲਈ ਤੂੰ ਆਇਆ ਸੀ ਸਿਰਫ ਵੋਟਾਂ ਲੈਣ ਲਈ ਆਇਆ ਸੀ ਗੱਲ ਜਿੱਤ ਹਾਰ ਦੀ ਨਹੀਂ ਜਿੱਥੇ ਜ਼ਮੀਰ ਜਾਗਣੀ ਚਾਹੀਦੀ ਉੱਥੇ ਜਾਗ ਪਵੇ ਤੇ ਸ਼ੁਕਰ ਕਰੋ ਮੈਂ ਇਹ ਨਹੀਂ ਕਦੀ ਵੀ ਅੱਗੋਂ ਵੀ ਜ਼ਿੰਦਗੀ 'ਚ ਇਹ ਚਾਹਾਂਗਾ ਕਿ ਕੋਈ ਵੀ ਬੰਦਾ ਜਿੱਥੇ ਧੀਾਂ ਦੀ ਇੱਜ਼ਤ ਨਿਲਾਮ ਹੋਵੇ ਧੀਾਂ ਦਾ ਦਲਿਤ ਹੁੰਦੀਆਂ ਨਾ ਜਰਨਲ ਹੁੰਦੀਆਂ ਨਾ ਉੱਚੀ ਜਾਤੀਆਂ ਹੁੰਦੀਆਂ ਨਾ ਨੀਵੀਂ ਜਾਤ ਨੇ ਧੀਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਔਰ ਇੱਜ਼ਤ ਇੱਕੋ ਜੀ ਹੁੰਦੀ ਹੈ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਕਿਸੇ ਗਰੀਬ ਦੀ ਧੀ ਆ ਇਹਦੇ ਨਾਲ ਜਿੱਦਾਂ ਮਰਜ਼ੀ ਬਿਹੇਵ ਕਰ ਲਓ ਕਿਸੇ ਧਨਾੜ ਦੀ ਆ ਤੇ ਉਹਨਾਂ ਨਾ ਮੇਰੇ ਲਈ ਸਤਿਕਾਰਯੋਗ ਆ ਧੀਾਂ ਬੇਟੀਆਂ ਮੈਂ ਆਪਣੀਆਂ ਬੇਟੀਆਂ ਲਈ ਬੋਲਿਆ ਸੀ ਆਪਣੀ ਮਾਂ ਲਈ ਉਹਦੇ ਲਈ ਬੋਲਿਆ ਸੀ ਉਹ ਮੈਂ ਠੀਕ ਸਗਾ ਲੇਕਿਨ ਉਹਨਾਂ ਦੋ ਚਾਰ ਬੰਦਿਆਂ ਬਾਰੇ ਅਜਾ ਇੱਕ ਚੀਜ਼ ਹੋਰ ਪੰਜਾਬ ਤੁਸੀਂ ਦੂਸਰੀ ਵਾਰ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਦੋਵੇਂ ਵਾਰ ਹਾਰ ਗਏ ਦਿੱਲੀ ਪਹਿਲੀ ਵਾਰਗੇ ਇੱਕ ਵੱਡੀ ਜਿੱਤ ਨਾਲ ਉੱਥੇ ਜਿੱਤ ਗਏ ਪੰਜਾਬੀਆਂ ਨੇ ਤੁਹਾਡੇ ਨਾਲ ਇਦਾਂ ਕਿਉਂ ਹੈ ਕਿ ਪੰਜਾਬੀ ਤੁਹਾਨੂੰ ਕਿਉਂ ਨਹੀਂ ਇਹ ਕੋ ਕੁਦਰਤ ਦਾ ਨਿਯਮ ਹੈ ਕਿ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਮੁਹੱਬਤ ਕਰਦੇ ਆਂ ਇਹ ਜ਼ਰੂਰੀ ਨਹੀਂ ਹੈ ਕਿ ਉਹ ਮੁਹੱਬਤ ਕਰੇ। ਕਈ ਵਾਰੀ ਮੁਹੱਬਤ ਵਨ ਸਾਈਡਿਡ ਵੀ ਹੋ ਸਕਦੀ ਹੈ। ਤਾਂ ਵਨ ਸਾਈਡਿਡ ਤਾਂ ਖਤਰਨਾਕ ਹੁੰਦੀ ਹੈ। ਤੇ ਮੈਂ ਕਿਹੜਾ ਹਾਰ ਜਾਣਾ? ਮੇਰਾ ਜਨਮ ਹੀ ਪਿਆਰ ਲਈ ਹੋਇਆ। ਮੈਂ ਪੰਜਾਬ ਨੂੰ ਪਿਆਰ ਕਰਦੇ ਰਹਿਣਾ। ਮੈਂ ਪੰਜਾਬੀਆਂ ਨੂੰ ਪਿਆਰ ਕਰਦੇ ਰਹਿਣਾ। ਕੀ ਹੋਇਆ ਜੇ ਮੈਨੂੰ ਇਲੈਕਸ਼ਨ 'ਚ ਹਰਾ ਦਿੰਦੇ ਆ? ਮੈਂ ਜਦ ਸੰਗੀਤ ਨਾਲ ਮੇਰਾ ਸਬੰਧ ਸੀ। ਮੈਂ ਜਦ ਸਿੰਗਰ ਸਗਾ ਤੇ ਉਦੋਂ ਅਥਾ ਪਿਆਰ ਵੀ ਮੈਨੂੰ ਦਿੱਤਾ। ਬੇਹੱਦ ਪਿਆਰ ਦਿੱਤਾ। ਉਹ ਪਿਆਰ ਇਹਨਾਂ ਦਿੱਤਾ ਸੀ। ਕਿ ਥੋੜੀ ਜੀ ਨਫਰਤ ਵੀ ਮੈਂ ਕੁੜਤਣ ਕਿਹਦੇ ਨਾਲ ਕਿ ਪੀ ਗਈ ساری ਜ਼ਿੰਦਗੀ ਦੀ ਮੈਂ ਇਸ ਲਈ ਕੁੜਤਣ ਕਿ ਉਹਦੇ ਵਿੱਚ ਦੋ ਚਾਰ ਬੂੰਦਾਂ ਤੇਰੀ ਮੁਹੱਬਤ ਦੀਆਂ ਸੀ ਮੈਂ ਸ਼ੇਰ ਭੁੱਲ ਗਿਆ ਇਲੈਕਸ਼ਨਾਂ ਲੋਕਚਨਾ ਨੇ ਮੈਨੂੰ ਸ਼ੇਰ ਭਲਾਏ ਆ ਅਮਰਤਾ ਪ੍ਰੀਤਮ ਨੇ ਇੱਕ ਕਿਹਾ ਸੀ ਕਿ ਇੱਕ ساری ਉਮਰ ਦੀ ਕੁੜਤਣ ਵੀ ਮੈਂ ਪੀ ਸਕਦਾ ਪਰ ਇਸ ਕਰਕੇ ਪੀ ਸਕਦਾ ਕਿ ਉਹਦੇ ਵਿੱਚ ਇੱਕ ਬੂੰਦ ਤੇਰੀ ਮੁਹੱਬਤ ਦੀ ਵੀ ਹੈ ਉਹ ਜਿਹੜੀ ਮੁਹੱਬਤ ਮੈਨੂੰ ਮਿਲੀ ਆ ਤੇ ਸ਼ਾਇਦ ਉਹਨਾਂ ਨੂੰ ਨਹੀਂ ਪਸੰਦ ਹੋਏਗਾ ਮੇਰਾ ਸਿਆਸਤ 'ਚ ਆਉਣਾ ਇਸ ਕਰਕੇ ਵੀ ਸਿਗਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ 2022 ਦੇ ਵਿੱਚ ਪੁੱਛਿਆ ਗਿਆ ਹਾਂਜੀ ਕੀ ਤੁਸੀਂ ਹਰ ਵਾਰ ਇਲੈਕਸ਼ਨ ਹਾਰ ਜਾਂਦੇ ਹੋ ਲਗਾਤਾਰ ਤੁਸੀਂ ਇਲੈਕਸ਼ਨ ਲੜਦੇ ਹੋ ਹਾਰ ਜਾਂਦੇ ਹੋ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਮੈਂ ਕੀ ਕਰਾਂ ਮੇਰੀ ਤਾਂ ਮੇਰੀ ਕੌਮ ਹੀ ਨਹੀਂ ਮੇਰਾ ਸਾਥ ਦਿੰਦੀ ਮੈਂ ਕਿੱਥੋਂ ਜਿੱਤਾਂਗਾ ਉਸ ਤੋਂ ਬਾਅਦ ਬਾਈ ਇਲੈਕਸ਼ਨ ਉਹ ਜਿੱਤ ਕੇ ਤਾਂ ਲੱਗਦਾ ਹੈ ਕਿ ਪੰਜਾਬੀ ਜਾਂ ਤੁਹਾਡੀ ਕੌਮ ਤੁਹਾਡਾ ਸਾਥ ਦਿੰਦੀ ਹੈ ਜਾਂ ਨਹੀਂ ਦਿੰਦੀ ਨੇ ਸਾਥ ਇਲੈਕਸ਼ਨ ਇੱਕ ਵਾਕਿਆ ਇਹਦੇ ਨਾਲ ਪੂਰੀ ਜ਼ਿੰਦਗੀ ਨਹੀਂ ਹੈ ਇਹ ਲੰਬੀ ਜ਼ਿੰਦਗੀ ਆ ਪਹਿਲਾਂ ਵੀ ਜੀਵੀ ਆ ਅੱਗੋਂ ਵੀ ਸ਼ਾਇਦ ਉਮਰ ਹੋਵੇ ਇੱਕ ਵਾਕਿਆ ਉਹ ਗੁਜ਼ਰ ਗਿਆ ਅੱਗੋਂ ਦੇਖਦੇ ਆ ਕੀ ਹੁੰਦਾ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਸੱਚੇ ਸੁੱਚੇ ਬੰਦੇ ਨੇ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਅਖਬਾਰਾਂ ਚ ਵੀ ਟੀਵੀ ਚ ਵੀ ਕਿ ਉਹਨੇ ਕਿਹਾ ਹੰਸ ਰਾਜ ਹੰਸ ਬੀਜੇਪੀ ਚ ਇੱਕ ਐਸਾ ਬੰਦਾ ਇਹਨੂੰ ਅੱਗੇ ਕਰੋ ਇਹਨੇ ਬੜੇ ਮੁਸ਼ਕਲ ਵਕਤ ਹਾ ਦਾ ਨਾਰਾ ਮਾਰਿਆ ਸੀ ਲੋਕੋ ਪਤਾ ਪਤਾ ਸਿੰਘਾਂ ਦਾ ਵੈਰੀ ਮੈਂ ਜ਼ਿੰਮੇਵਾਰੀ ਨਾ ਉਹਨੇ ਕਿਹਾ ਮਾਨ ਸਾਹਿਬ ਨੇ ਕਿਹਾ ਮੈਂ ਜ਼ਿੰਮੇਵਾਰੀ ਨਾ ਕਿਹਣਾ ਇਸ ਬੰਦੇ ਨੂੰ ਅੱਗੇ ਕਰੋ ਇੱਕ ਕਿਸਾਨਾਂ ਦੀ ਗੱਲ ਬਹੁਤ ਅੱਛੀ ਤਰ੍ਹਾਂ ਇਮਾਨਦਾਰੀ ਨਾਲ ਉਠਾਵੇਗਾ ਲੇਕਿਨ ਉਹਨਾਂ ਦੀ ਵੀ ਨਹੀਂ ਸੁਣੀ ਮੇਰੀ ਵੀ ਨਹੀਂ ਸੁਣੀ ਦੁਬਾਰਾ ਪੰਜਾਬ ਚ ਇਲੈਕਸ਼ਨ ਲੜੋਗੇ ਇਲੈਕਸ਼ਨ ਤਾਂ ਮੈਂ ਐਤ ਕੀ ਵੀ ਨਹੀਂ ਸੀ ਲੜਨਾ ਚਾਹੁੰਦਾ ਮੈਂ ਕਿਹਾ ਸੀ ਆਪਣੇ ਪਾਰਟੀ ਨੂੰ ਕਿ ਮੈਂ ਮੇਰਾ ਸੰਗੀਤ ਲਈ ਜਨਮ ਹੋਇਆ ਇੱਕ ਕਦਮ ਮੈਂ ਪੁੱਟਿਆ ਸੀ ਉਹਦਾ ਮੈਂ ਇਫਜ਼ਾਨਾ ਭੁਗਤ ਰਿਆਂ ਲੇਕਿਨ ਐਤ ਕੀ ਲੜਨਾ ਇਸ ਕਰਕੇ ਕਿ ਮੇਰੀ ਪਾਰਟੀ ਔਰ ਮੇਰੇ ਲੀਡਰ ਨਰਿੰਦਰ ਭਾਈ ਮੋਦੀ ਸਾਹਿਬ ਮੁਬਾਰਕਾ ਹੋਣ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਰਿਹਾ ਬੜੇ ਖੁਸ਼ੀ ਦਾ ਪਾਲਿਆ ਉਹਨਾਂ ਨੇ ਮੇਰੇ ਤੇ ਇਹਿਸਾਨ ਕੀਤਾ ਸੀ ਔਰ ਮੈਨੂੰ ਇੱਥੋਂ ਬੁਲਾ ਕੇ ਜਦੋਂ ਪੰਜਾਬ ਚ ਖੱਜਲ ਖਰਾਬ ਹੋਇਆ ਉਹਨਾਂ ਨੇ ਐਮਪੀ ਬਣਾਇਆ ਸੀ 1 ਰੁਪਿਆ ਨਹੀਂ ਸੀ ਖਰਚਨ ਦਿੱਤਾ ਚੇਅਰਮੈਨ ਵੀ ਲਾਇਆ ਸੀ ਕਮਿਸ਼ਨ ਦਾ ਸੋ ਉਹਨਾਂ ਦਾ ਮੇਰੇ ਤੇ ਇਹਿਸਾਨ ਸੀ ਮੈਂ ਆਪਣੀ ਪਾਰਟੀ ਦਾ ਐਹਸਾਨਮੰਦ ਸਾਂ ਔਰ ਉਹ ਮੈਂ ਚਾਹੁੰਦਾ ਸੀ ਕਿ ਕਹਿਣਾ ਕਿ ਜਿੱਤਣ ਲਈ ਸਾਰੇ ਤਿਆਰ ਰਹਿੰਦੇ ਹਾਰਨ ਲਈ ਵੀ ਕੋਈ ਜਾਵੇ ਰਿਸਕੀ ਸੀਟ ਸੀ ਪਰ ਮੈਨੂੰ ਕੋਈ ਪਛਤਾਵਾ ਨਹੀਂ ਮੈਂ ਇਹ ਨਹੀਂ ਕਵਾਂਗਾ ਕਿ ਮੈਂ ਉਦੋਂ ਭਗੌੜਾ ਹੋ ਗਿਆ ਸੀ ਜਾਂ ਭੱਜ ਗਿਆ ਸੀ ਉਹਨਾਂ ਦੇ ਐਹਸਾਨਾਂ ਨੂੰ ਭੁੱਲ ਕੇ ਦੁਬਾਰਾ 27 ਜਾਂ 29 ਚ ਇਲੈਕਸ਼ਨ ਪੰਜਾਬ ਤੋਂ ਲੜੋਗੇ ਇਹ ਪਾਰਟੀ ਕਹਿੰਦੀ ਹੈ ਮੈਂ ਪ੍ਰੈਜ਼ੈਂਟ ਨੂੰ ਜਿਉਣ ਵਾਲਾ ਬੰਦਾ ਹਾਂ ਇਹ ਵਰਤਮਾਨ ਨੂੰ ਜਿਉਣ ਵਾਲਾ ਬੰਦਾ ਮੈਂ ਬਹੁਤ ਲੰਬਾ ਪਲੈਨਿੰਗ ਕਰਕੇ ਚੱਲਣ ਵਾਲਾ ਬੰਦਾ ਨਹੀਂ ਮੈਂ ਤਾਂ ਇਲੈਕਸ਼ਨ 'ਚ ਵੀ ਦੇਖਿਆ ਜਿੱਦਣ ਕੈਂਪੇਨ ਖਤਮ ਹੋ ਗਈ ਮੈਂ ਕੰਮ ਖਤਮ ਕਰ ਦਿੱਤਾ ਸੀ ਉਹ ਕੰਮ ਮੈਨੂੰ ਨਹੀਂ ਆਉਂਦਾ ਸ਼ਰਾਬਾਂ ਪਵਾਉਣੀਆਂ ਬੰਦੇ ਚੱਕ-ਚੱਕ ਕੇ ਲਿਆਉਣੇ ਵੋਟਾਂ ਪਵਾਉਣੀਆਂ ਮੈਂ ਗਿਣਤੀ 'ਚ ਵੀ ਨਹੀਂ ਸੀ ਗਿਆ ਨਹੀਂ ਲੇਕਿਨ ਮੈਂ ਤੁਸੀਂ ਕੈਂਡੀਡੇਟ ਗਿਣਤੀ 'ਚ ਜਾਂਦਾ ਮੈਂ ਤਾਂ ਗਿਣਤੀ ਵਾਲੇ ਦਿਨ ਵੀ ਨਹੀਂ ਗਿਆ ਮੇਰੀ ਡਿਊਟੀ ਹੈ ਮਾਈਕ ਫੜ ਕੇ ਤੁਸੀਂ ਕਿੱਥੇ ਸੀ ਉਸ ਵੇਲੇ ਜਦੋਂ ਕਾਊਂਟਿੰਗ ਹੋ ਰਹੀ ਸੀ ਮੈਂ ਇੱਥੇ ਜਲੰਧਰ ਸੀਗਾ ਜਲੰਧਰ ਸੀ ਮੈਂ ਜਲੰਧਰ ਸੀਗਾ ਕਾਊਂਟਿੰਗ ਮੈਨੂੰ ਲੱਗਦਾ ਸੀ ਜਿੱਤ ਹੋਏਗੀ ਜਾਂ ਪਹਿਲਾਂ ਜਿੱਤ ਹੋਵੇ ਜਾਂ ਹਾਰ ਹੋਵੇ ਮੈਨੂੰ ਮੇਰੀ ਡਿਊਟੀ ਸੀ ਮਾਈਕ ਫੜ ਕੇ ਮੈਂ ਆਪਣੇ ਬਾਰੇ ਦੱਸਣਾ ਤੇ ਪਾਰਟੀ ਬਾਰੇ ਦੱਸਣਾ ਕਿਉਂਕਿ ਬਾਕੀ ਕੰਮ ਹੁੰਦਾ ਸੰਗਠਨ ਦਾ ਵੋਟਾਂ ਪਵਾਉਣੀਆਂ ਇਹ ਉਹ ਸਾਰਾ ਕੁਝ ਮੈਂ ਉਹ ਚਾਹੁੰਦਾ ਨਹੀਂ ਕਿ ਮੇਰੇ ਸਾਹਮਣੇ ਕੋਈ ਚੀਜ਼ ਵੰਡੀ ਜਾਵੇ ਐਸੀ ਬੱਚਿਆਂ ਨੂੰ ਜ਼ਹਿਰ ਪਲਾ ਕੇ ਮੈਂ ਜਿੱਤ ਜਾਵਾਂ ਲੇਕਿਨ ਪਾਰਟੀ ਜਿਸ ਤਰੀਕੇ ਨਾਲ ਤੁਸੀਂ ਇੱਕ ਜ਼ਬਰਦਸਤ ਫਾਈਟ ਕੀਤੀ ਸੰਘਰਸ਼ ਕੀਤਾ ਪੂਰੀ ਵਾਹ ਲਗਾ ਦਿੱਤੀ ਔਰ ਸਭ ਤੋਂ ਜ਼ਿਆਦਾ ਸੁਰਖੀਆਂ ਚਾਹੀ ਕਿਉਂਕਿ ਮਾਲਵੇ ਚ ਕਦੀ ਬੀਜੇਪੀ ਦਾ ਝੰਡਾ ਲੱਗਦਾ ਨਹੀਂ ਤੁਸੀਂ 1 ਲੱਖ 15 ਹਜ਼ਾਰ ਦੇ ਕਰੀਬ ਵੋਟ ਲੈ ਗਏ ਹੋਰ ਕੋਈ ਹੁੰਦਾ ਤਾਂ ਹਫਤੇ ਚ ਪਿੱਟ ਕੇ ਭੱਜ ਜਾਂਦਾ ਉੱਥੇ ਕਈ ਗਏ ਵੀ ਅਸੀਂ ਹਰਦੀਪੂਰੀ ਦੇਖਿਆ ਅੰਮ੍ਰਿਤਸਰ ਨਹੀਂ ਲੜੇ ਉਸ ਤਰੀਕੇ ਨਾਲ ਭੱਜ ਜਾਂਦੇ ਭੱਜ ਹੀ ਜਾਂਦੇ ਉੱਥੋਂ ਤੁਸੀਂ ਡਟ ਕੇ ਭੱਜ ਹੀ ਜਾਂਦੇ ਨਹੀਂ ਅਸੀਂ ਵਾਰੀਅਰ ਆ ਬੇਸਿਕਲੀ ਸੁਭਾਵਕ ਤੌਰ ਤੇ ਵਾਰੀਅਰ ਐ ਮੈਂ ਤਦੇ ਬਾਬਾ ਜੀਵਨ ਸਿੰਘ ਦਾ ਨਾਮ ਲੈਂਦਾ ਸੀ ਬਾਰ-ਬਾਰ ਸਾਡੇ ਸੁਭਾਅ ਚ ਕਿ ਪਘੋੜੇ ਨਹੀਂ ਹੋਣਾ ਜਦੋਂ ਮੈਦਾਨੇ ਜੰਗ ਚ ਚਲੇ ਗਿਆ ਚਾਹੇ ਉਹ ਮੁਹੱਬਤ ਦਾ ਜੰਗ ਆ ਚਾਹੇ ਇਲੈਕਸ਼ਨ ਦਾ ਜੰਗ ਕਰਦਾ ਹੈ ਪਾਰਟੀ ਉੱਥੇ ਜੁਝਾਰੂਆਂ ਵਾਂਗ ਉੱਥੇ ਵਾਰੀਅਰ ਵਾਂਗ ਉੱਥੇ ਜੰਗ ਜੂ ਬਣ ਕੇ ਲੜੋ ਏ ਮਰ ਗਿਆ ਤਾਂ ਸ਼ਹੀਦ ਕਹਾਵਾਂਗੇ ਜੀਦੇ ਰਹਿ ਤਾਂ ਗਾਜ਼ੀ ਕਹਾਵਾਂਗੇ ਅਸੀਂ ਤਾਂ ਅਤਰੁੱਲ ਗਾਜ਼ੀ ਨੂੰ ਵੀ ਪਿਆਰ ਕਰਨ ਵਾਲੇ ਬੰਦੇ ਹੋ ਸਕਦਾ ਨਾ ਕਿ ਪਾਰਟੀ ਤੁਹਾਡੇ ਇਸੇ ਜਜ਼ਬੇ ਨੂੰ ਦੇਖ ਕੇ 27 ਜਾਂ 29 'ਚ ਤੁਹਾਨੂੰ ਦੁਬਾਰਾ ਲੜਾਏ 27 'ਚ ਤੁਹਾਨੂੰ ਐਜ਼ ਅ ਸੀਐਮ ਫੇਸ ਤੁਹਾਨੂੰ ਅੱਗੇ ਕਰ ਦੇ ਮੈਂ ਕਦੀ ਮੈਂ ਤੁਹਾਨੂੰ ਦੱਸਿਆ ਫਿਊਚਰ ਪਲਾਨ ਮੈਂ ਕਰਦਾ ਨਹੀਂ ਆਈ ਐਮ ਨਾਟ ਵੈਰੀ ਗੁੱਡ ਪਲੈਨਰ ਮੈਂ ਸਰੈਂਡਰ ਕੀਤਾ ਹੈ ਸੰਗਤ ਅੱਗੇ ਵੀ ਔਰ ਆਪਣੇ ਮੁਰਸ਼ਿਦਾ ਸਤਗੁਰਾਂ ਅੱਗੇ ਵੀ ਮਾਲਕ ਅੱਗੇ ਵੀ ਇਹ ਉਹ ਜੋ ਕਰਾਉਂਦੀ ਆ ਕੁਦਰਤ ਐਤ ਕੀ ਵੀ ਸੰਗਤ ਲੜ ਰਹੀ ਸੀ ਜਾਂ ਸੰਤ ਮਹਾਪੁਰਸ਼ ਲੜ ਰਿਹਾ ਸੀ ਮੇਰਾ ਇਲੈਕਸ਼ਨ ਮੈਂ ਤਾਂ ਮਾਈਕ ਵਿੱਚ ਬੋਲਣਾ ਆਉਂਦਾ ਹੋਰ ਜੋੜ ਤੋੜ ਨਹੀਂ ਕਰਨੀ ਆ ਉਹਦੀ ਅੱਛਾ ਸਿਆਸਤ ਨੇ ਤੁਹਾਡੀ ਤੋਬਾ ਤਾਂ ਨਹੀਂ ਕਰਾਈ ਤੁਹਾਨੂੰ ਲੱਗਦਾ ਕਿ ਗਲਤ ਪਾਸੇ ਤੁਹਾਡਾ ਜਿਹੜਾ ਕਿਉਂਕਿ ਤੁਹਾਡਾ ਇੱਕ ਬਹੁਤ ਵੱਡਾ ਰਤਬਾ ਵਾ ਪੰਜਾਬ ਹੀ ਨਹੀਂ ਦੇਸ਼ ਹੀ ਨਹੀਂ ਹਾਂਜੀ ਅੰਤਰਰਾਸ਼ਟਰੀ ਪੱਧਰ ਤੇ ਐਜ਼ ਅ ਗਾਇਕ ਪਦਮ ਸ਼੍ਰੀ ਤੁਸੀਂ ਮਿਲੇ ਬਹੁਤ ਵੱਡਾ ਰੁਤਬਾ ਤੁਹਾਡੇ ਤੁਹਾਡੇ ਤੋਂ ਬਿਹਤਰ ਕੋਈ ਗਾਇਕ ਹੋ ਨਹੀਂ ਸਕਦਾ ਸਿਆਸਤ ਤੁਹਾਡੀ ਤੋਬਾ ਹੋਈ ਹੈ ਜਾਂ ਤੁਹਾਨੂੰ ਲੱਗਦਾ ਕਿ ਸਿਆਸਤ 'ਚ ਅਜੇ ਹੋਰ ਪਾਰੀ ਕੀਤੀ ਜਾ ਸਕਦੀ ਹੈ ਨਹੀਂ ਜਦੋਂ ਇੱਕ ਕਰੀ ਕਦਮ ਪੱਟ ਲੋ ਫਿਰ ਰਿਗਰੈਟ ਨਾ ਕਰੋ ਕਦਮ ਪੱਟ ਲੋ ਛੋ ਸਮਝ ਕੇ ਉਦੋਂ ਸੋਚ ਲੈਂਦੇ ਜਦੋਂ ਕਦਮ ਜੇ ਗਲਤ ਵੀ ਸੀਗਾ ਉਦੋਂ ਸੋਚ ਲੈਂਦੇ ਤਾਂ ਠੀਕ ਸੀ ਅੱਜ ਕੀ ਲੱਗਦਾ ਅੱਜੇ ਹੀ ਲੱਗਦਾ ਕਿ ਮੇਰਾ ਜਨਮ ਸੰਗੀਤ ਲਈ ਹੋਇਆ ਮੈਂ ਇੱਕ ਆਰਟਿਸਟ ਹਾਂ ਇਲੈਕਸ਼ਨ ਲੜਨੇ ਮੈਨੂੰ ਨਹੀਂ ਆਉਂਦੇ ਬੋਲਣਾ ਬੋਲਣਾ ਮੈਂ ਮਾੜਾ ਮੋਟਾ ਸਿੱਖਿਆ ਹੋਇਆ ਜਦ ਮੈਂ ਗੋਂਦਾ ਵੀ ਸੀ ਘੱਟ ਬੋਲਦਾ ਸੀ ਜ਼ਿਆਦਾ ਗੋਂਦਾ ਹੀ ਸੀ ਤੇ ਇਸ ਤਰ੍ਹਾਂ ਇਲੈਕਸ਼ਨ ਚ ਮੈਂ ਪੋਲਿਟੀਕਲੀ ਤਕਰੀਰ ਨਹੀਂ ਮੈਨੂੰ ਆਉਂਦੀ ਸਿਆਸੀ ਤਕਰੀਰ ਨਹੀਂ ਆਉਂਦੀ ਜਿੱਦਾਂ ਦਾ ਮੈਂ ਸੰਗੀਤ ਚ ਬੋਲਦਾ ਜਾਂ ਮੇਰੀ ਜ਼ਿੰਦਗੀ ਆ ਉਦਾਂ ਬੋਲਦਾ ਝੂਠ ਵਿੱਚ ਤੋਂ ਬੋਲ ਨਹੀਂ ਹੁੰਦਾ ਜੋ ਮੇਰਾ ਮਾਲਕ ਮੈਨੂੰ ਬੁਲਾਉਂਦਾ ਸੱਚ ਮੈਂ ਕਿ ਨਾ ਕਿ ਸੱਚ ਬੋਲ ਕੇ ਮੈਂ ਇਸ ਕਰਕੇ ਵੀ ਕਹਿ ਰਿਹਾ ਸੀ ਕਿਉਂਕਿ ਜਦੋਂ ਤੁਸੀਂ ਸਿਆਸਤ ਚ ਆਏ ਤੁਹਾਡੇ ਮਦਰ ਨੇ ਕਿਹਾ ਕਿ ਹੰਸ ਗਲਤ ਪਾਸੇ ਚਲਾ ਗਿਆ ਨਹੀਂ ਜਾਣਾ ਚਾਹੀਦਾ ਸੀ ਹਾਂਜੀ ਹੁਣ ਬਹੁਤ ਜ਼ਿਆਦਾ ਨਰਾਜ਼ ਗੁੱਸੇ ਚ ਸੀ ਨਹੀਂ ਮੇਰੀ ਫੈਮਿਲੀ ਤੇ ਸਾਰੀ ਮਦਰ ਹੀ ਨਹੀਂ ਫਾਦਰ ਸਾਹਿਬ ਨੇ ਵੀ ਮਤਲਬ ਕਿਹਾ ਸੀ ਮਦਰ ਨੇ ਵੀ ਕਿਹਾ ਸੀ ਤੇ ਲੇਕਿਨ ਉਹ ਤੋਂ ਕੁੱਦ ਚੁੱਕੇ ਸੀ ਗਲਤੀ ਇਸ ਕਰਕੇ ਹੈ ਕਿ ਹੁਣ ਜਦੋਂ ਤੁਹਾਡੇ ਬੱਚੇ ਪ੍ਰਚਾਰ ਕਰਨ ਆਏ ਤੁਹਾਡਾ ਬੇਟਾ ਪ੍ਰਚਾਰ ਕਰਨ ਆਇਆ ਉਹਨਾਂ ਦਾ ਵੀ ਬੱਚੇ ਪ੍ਰਚਾਰ ਕਰਨ ਆਏ, ਏ ਗੇੜਾ ਜਿਹਾ ਕੱਢਣ ਆਏ ਸੀ। ਉਹਨਾਂ ਦਾ ਵੀ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ। ਦੇਖੋ ਆਰਟਿਸਟ ਮੇਰੇ ਵੀ ਕਹਿ ਲੱਗ ਸਕਦੇ ਸੀ। ਮੇਰਾ ਬੇਟੇ ਨੇ ਸੀਸੀਐਲ ਟੀਮ ਖਰੀਦੀ ਹੋਈ ਆ ਨਾਲ 파ਟਨਰ ਆ। ਸਲਮਾਨ ਖਾਨ 파ਟਨਰ ਆ। ਸੋਚ ਕੇ ਦੇਖੋ। ਹਾਂ। ਦਲੇਰ ਭਾਈ ਸਾਹਿਬ ਐ ਮੀਕਾ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀਆਂ ਕੀਤੀਆਂ ਉਹ ਭੁਗਤਣ। ਉੱਥੇ ਜਿੱਦਾਂ ਗਾਲੀ ਗਲੋਚ ਹੋ ਰਿਹਾ ਸੀ। ਮੈਂ ਨਹੀਂ ਸੀ ਚਾਹੁੰਦਾ ਮੇਰੇ ਬੱਚਿਆਂ ਨੂੰ ਵੀ ਸਫਰ ਇਦਾਂ ਦੇ ਸੁਣਨੇ ਪੈਣ ਲਫ਼ਜ਼। ਔਰ ਮੇਰੇ ਰਿਸ਼ਤੇਦਾਰਾਂ ਨੂੰ ਜਾਂ ਆਦ ਸੁਲਮਾਨ ਖਾਨ ਵੀ ਸਕਦਾ ਸੀ ਲਿਆਉਣ ਨੂੰ ਲੇਕਿਨ ਮੈਂ ਕਿਉਂ ਉਹਨਾਂ ਨੂੰ ਗਾਲਾਂ ਕਢਵਾਵਾਵਾਂ ਬਈ ਮੇਰੀਆਂ ਗਲਤੀਆਂ ਮੈਂ ਭੁਗਤਾਂ ਗਲਤੀ ਸੀ ਮਤਲਬ ਜੋ ਵੀ ਹੈ ਗਲਤੀ ਸੀ ਹਾਂ ਜਿਨ੍ਹਾਂ ਨੂੰ ਲੱਗਦੀ ਹੈ ਜਿਨ੍ਹਾਂ ਵੀ ਇਹ ਪਾਰਟੀ ਗਲਤ ਵਿੱਚ ਹੈ ਇਹ ਬੰਦਾ ਕਿਉਂ ਸੰਗੀਤ ਚੱਡ ਗਿਆ ਹੈ ਗਲਤ ਪਾਰਟੀ ਸੋ ਸ਼ਾਇਦ ਉਹ ਇਸ ਕਰਕੇ ਗੁੱਸੇ ਚ ਆਉਣ ਵੀ ਸਾਨੂੰ ਗਾਉਂਦਾ ਚੰਗਾ ਲੱਗਦਾ ਸੀ ਸਿਆਸਤ ਚ ਨਹੀਂ ਚੰਗਾ ਲੱਗਦਾ ਪਰਿਵਾਰ ਚ ਗੱਲਬਾਤ ਹੋਈ ਹੋਣੀ ਹੈ ਪਰਿਵਾਰ ਪੋਕ ਨੂੰ ਲੈ ਕੇ ਕੀ ਕਹਿੰਦਾ ਜਦੋਂ ਬੱਚਿਆਂ ਨਾਲ ਗੱਲਬਾਤ ਹੁੰਦੀ ਹੈ ਬੱਚੇ ਕਹਿੰਦੇ ਕਿ ਦੁਆਰਾ ਉਸੇ ਚੀਜ਼ ਚ ਜਿਸੇ ਦੁਨੀਆ ਪਿਆਰ ਕਰਦੀ ਹੈ ਹਾਂਜੀ ਪ੍ਰੋਫੈਸ਼ਨਲੀ ਤੁਸੀਂ ਗਾਇਕੀ ਚ ਆ ਜਾਓ ਜਾਂ ਪਰਿਵਾਰ ਕਹਿੰਦਾ ਕਿ ਨਹੀਂ ਡਟੇ ਰਹੋ ਵਾਰੀਅਰ ਦੀ ਤਰ੍ਹਾਂ ਅਗਲੇ ਇਲੈਕਸ਼ਨ ਲਾਓ ਅਸੀਂ ਪਿੱਛੇ ਪਰਿਵਾਰ ਛੋਟਾ ਪਰਿਵਾਰ ਤੇ ਸੁਖੀ ਪਰਿਵਾਰ ਆ ਅਸੀਂ ਦੋਸਤਾਂ ਵਾਂਗ ਰਹਿੰਦੇ ਆ ਉਹ ਇੱਕ ਅੱਧੀ ਵਾਰੀ مشورہ ਮੇਰੇ ਬੱਚੇ ਦਿੰਦੇ ਆ ਕਿ ਡੈਡ ਜੀ ਸਿਰਫ ਆਰਾਮ ਕਰੋ ਤੁਹਾਨੂੰ ਕੋਈ ਲੋੜ ਨਹੀਂ ਗਾਉਣ ਦੀ ਵੀ ਨਹੀਂ ਲੋੜ ਸਾਪਣੇ ਕੋਲ ਕਿਸ ਚੀਜ਼ ਦੀ ਕਮੀ ਆ ਹਾਂ لیکن ਜਦੋਂ ਮੈਂ ਕੁੱਦ ਪਿੰਨਾ ਤੇ ਉਹ ਧੱਕੇ ਨਾਲ ਇੱਕ ਅੱਧੀ ਵਾਰੀ ਆਉਂਦੇ ਮੈਂ میری کوشش ਹੁੰਦੀ ਉਹ سیاست ਵਿੱਚ ਉਹ ਆਪਣੇ ਬਿਲਕੁਲ ਨਾ ਆਉਣਾ ਨਾ ਮੇਰੇ ਰਿਸ਼ਤੇਦਾਰ ਆਉਣ ਤੁਸੀਂ ਰਹਿਣਾ ਚਾਹੁੰਦੇ ਹੋ ਹਾਂਜੀ ਤੁਸੀਂ ਰਹਿਣਾ ਚਾਹੁੰਦੇ ਹੋ سیاست ਚ ਦੇਖਦੇ ਹਾਂ 让我们 سی ਕਿਉਂਕਿ ਇਸ ਕਰਕੇ ਵੀ ਹੈ ਕਿਉਂਕਿ ਜਿਸ ਤਰੀਕੇ ਨਾਲ ਵਿਰੋਧ ਹੋਇਆ ਤੁਸੀਂ ਇੰਨਾ ਗੁੱਸੇ ਚ ਜਾਂ ਇੰਨਾ ਤੁਹਾਡਾ ਮਨ ਉਦਾਸ ਹੋਇਆ ਕਿ ساری ਜ਼ਿੰਦਗੀ ਪੰਜਾਬੀਆਂ ਨੂੰ ਦੇਤੀ ਇੰਨੀ ਪਿਆਰ ਮੁਹੱਬਤ ਮਿਲੀ ਅੱਜ ਤੁਸੀਂ ਕਿਹਾ ਕਿ ਮੈਨੂੰ ਮਿੰਨਤ ਰਾਜ ਮਿੰਨਤ ਬਣਾਤਾ ਹੰਸ ਰਾਜ ਹੰਸ ਤੋਂ ਮੈਨੂੰ ਮਿੰਤਾ ਕੜਨੀਆਂ ਪੈ ਰਹੀਆਂ ਮੈਂ ਘਰੇ ਵੀ ਜਾਣਾ ਮੈਂ ਹੱਥ ਜੋੜਦਾ ਮੇਰਾ ਇਹ ਹਾਲ ਕਰਦਾ ਆਪਣੇ ਆਪ ਤੋਂ ਹਸਣਾ ਤੇ ਮੇਰੇ ਤੋਂ ਕੋਈ ਸਿੱਖੇ ਆਪਣੇ ਆਪ ਨੂੰ ਮਜ਼ਾਕ ਕਰਨਾ ਕੋਈ ਮੇਰੇ ਤੋਂ ਸਿੱਖੇ ਲੋਕੀ ਦੂਸਰਿਆਂ ਨੂੰ ਤੇ ਘਰ ਹੀ ਲੈਂਦੇ ਆ ਇਹ ਮੇਰੀ ਆਦਤ ਹੈ ਇੱਕ ਬੱਚਾ ਸਿਗਾ ਕਿਸੇ ਦਾ ਛੋਟਾ ਜਿਹਾ ਬੱਚਾ ਉਹ ਕਿਸੇ ਸਿਆਸਤਦਾਨ ਨੂੰ ਉਹਨਾਂ ਨੇ ਕਿਹਾ ਕਿ ਕੁਚੜ ਚੁੱਕ ਕੇ ਫੋਟੋ ਖਿਚਾਓ ਜੀ ਉਹ ਬੱਚਾ ਜਦੋਂ ਚੁੱਕਿਆ ਤੂੰ ચીਖਾ ਮਾਰਨ ਲੱਗ ਪਿਆ ਉਹਦੀ ਮਾਂ ਪਿਓ ਨੇ ਕਿਹਾ ਜੀ ਇਹ ਬੱਚਾ ਰੋਂਦਾ ਨਹੀਂ ਉਪਰੇ ਹੱਥਾਂ 'ਚ ਵੀ ਜਾਵੇ ਰੋਂਦਾ ਨਹੀਂ ਤੇ ਸਿਆਸਤਦਾਨ ਨੇ ਕਿਹਾ ਸਿਆਸਤਦਾਨ ਥੋੜਾ ਓਨੈਸਟੀ ਉਹਨੇ ਕਿਹਾ ਬੱਚੇ ਹੁੰਦੇ ਆ ਰੱਬ ਦਾ ਰੂਪ ਬੱਚੇ ਨੇ ਜਦੋਂ ਮੇਰੇ ਵੱਲ ਦੇਖਿਆ ਉਹਨੂੰ ਸਿਆਸਤਦਾਨ ਦੀ ਸਹੀ ਸ਼ਕਲ ਨਜ਼ਰ ਆਈ ਤਾਂ ਰੋ ਰਿਹਾ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਇਸ ਕਰਕੇ ਜਿਹੜੀ ਸਿਆਸਤ ਆ ਨਾ ਉਹ ਕੁਝ ਐਸਾ ਪੁਰਾਣੇ ਸਿਆਸਤਦਾਨਾਂ ਤੋਂ ਕੁਝ ਹੋਇਆ ਆ ਜਿਹੜਾ ਵੀ ਸਿਆਸਤ ਚ ਆਉਂਦਾ ਉਹਦੇ ਬਾਰੇ ਸ਼ੱਕੀ ਉਹ مشکوک ਜਿਹਾ ਬਣ ਜਾਂਦਾ ਵਰਨਾ ਮੈਂ ਕਹਿੰਦੇ ਨਾ ਕਿ ਸ਼ਾਇਦ ਸਮਝ ਆ ਜਾਏ ਸਮਝਦਾ ਕੋਈ ਹੈ ਨਹੀਂ ਮੁਹੱਬਤ ਦੇ ਲਫ਼ਜ਼ਾਂ ਨੂੰ ਕਹਿੰਦਾ ਕਿ ਉਹ ਕੋਈ ਔਰ ਨਾ تھا ਚੰਦ ਖੁਸ਼ਕ ਪੱਤੇ تھے ਅਜਰ سے ਟੁੱਟ ਕੇ ਜੋ ਫਸਲੇ ਗੁਲ ਪਰ ਰੋਏ تھے ابھی ابھی ਤੂੰ ਮੈਂ ਸੋਚਾ ਤਾਂ ਕੁਝ ਨਾ ਯਾਦ ਆਇਆ ابھی ابھی ਤੋਂ ਹਮ ابھی ابھی ਤੋਂ ਹਮ ਇੱਕ ਦੂਸਰੇ ਸੇ ਬਿਛੜੇ ਥੇ तमाम ਉਮਰ ਦੇਖੋ تمام عمر وفا کے گنہگار رہے تمام عمر وفا کے گنہگار رہے یہ اور بات کہ ہم aadmi تو اچھے تھے ندیم جو بھی ملاقات تھی ادھوری تھی ایک چہرے کے پیچھے ہزار چہرے تھے دنیا نو جدو ڈیل کر دے پھر پتہ لگتا کہ کتنے چہرے ہیں کنا یعنی کس ٹائپ دی ہے گی یہ میں اس کرکے کہہ رہا سی کیونکہ تہاڈا بیان سوشل میڈیا تے بڑا ਵਾਈਰਲ ਹੋਇਆ ਜਿਹੜਾ ਤੁਸੀਂ ਮਿੰਨਤ ਰਾਜ ਮਿੰਨਤ ਵਾਲੀ ਗੱਲ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਅੱਛਾ ਲੱਗਦਾ ਕਿ ਹੰਸਰਾ ਜਹੰਸ ਨੂੰ ਐਸ ਡਿਸਟੈਂਸ ਦੇਖਣਾ ਕਿ ਉਹੀ ਬੰਦਾ ਜਿਹਦੀ ਘੰਟਿਆਂ ਵੱਧੀ ਇੰਤਜ਼ਾਰ ਹੁੰਦੀ ਸੀ ਇਹ ਉਹੀ ਬੰਦਾ ਜਿੰਨ ਜਿਹਦੀ ਪੂਜਾ ਕਰਦੇ ਸੀ ਲੋਕ ਅੱਜ ਮਜ਼ਾਕ ਦਾ ਮੌਜੂ ਬਣਿਆ ਹੈ ਤਾਂ ਮੈਂ ਆਪਣੇ ਹੱਥੇ ਵੀ ਹੱਸਣਾ ਮੈਨੂੰ ਚੰਗਾ ਲੱਗਦਾ ਹੋਰ ਏਡੀ ਕੋਈ ਗੱਲ ਸਾਰੇ ਹੱਥ ਜੋੜ ਕੇ ਵੋਟਾਂ ਮੰਗਦੇ ਆ ਕੋਈ ਮੈਂ ਕੱਲਾ ਥੋੜੀ ਸੀ ਤੇ ਉਹ ਮੈਨੂੰ ਚੰਗਾ ਲੱਗਦਾ ਇਸ ਬੰਦੇ ਨੂੰ ਤੇ ਮਜ਼ਾਕ ਉਡਾਉਣਾ ਮਤਲਬ ਇਹ ਵੀ ਜੁਰਤ ਦੀ ਗੱਲ ਹੈ ਹਰ ਕੋਈ ਆਪਣੇ ਆਪ ਨੂੰ ਜੇ ਕਿਸੇ ਦਾ ਕੋਈ ਟ੍ਰੋਲ ਹੋਵੇ ਕੁਝ ਹੋਵੇ ਮੈਂ ਕਹਿੰਦਾ ਲੋਕੀ ਇੰਨੇ ਸੋਸ਼ਲ ਮੀਡੀਆ ਤੇ ਹਟਾਉਣ ਦੀ ਗੱਲ ਕਰਦਾ ਮੈਂ ਕਹਿੰਦਾ ਜੀ ਲੋਕੀ ਇੰਨੇ ਸੈਲਫ ਸੈਂਟਰਡ ਨੇ ਉਹਨਾਂ ਨੂੰ ਆਪਣੇ ਵਿੱਚ ਚੰਗਾ ਪਾਣੀ ਨਹੀਂ ਦਿੰਦਾ ਸਿਰਫ ਮੈਨੂੰ ਜਿਹੜਾ ਉਹ ਤਰਸਦਾ ਪਾਤਰ ਜਿਆ ਤੁਰਿਆ ਫਿਰਦਾ ਸੀ ਧੁੱਪਾਂ ਚ ਤੁਰਿਆ ਫਿਰਦਾ ਸੀ ਐਂ ਜੀ ਕੋਈ ਸੱਸੀ ਤੁਰਦੀ ਫਤਰੀ ਫਿਰਦੀ ਥਲਾਂ ਚ ਪੁੰਨ ਨੂੰ ਲੱਭਦੀ ਤੇ ਉਹ ਵੀ ਥਲਾਂ ਚ ਫਿਰਦੀ ਸੀ ਨਾ ਪੁੰਨੋਂ ਨੂੰ ਲਵ ਦੀ ਡਾਚੀ ਵਾਲੇ ਨੂੰ ਇਸ ਤਰ੍ਹਾਂ ਹੀ ਮੈਂ ਤੁਰਿਆ ਫਿਰਦਾ ਸੀ ਧੁੱਪ ਦੀ ਇੰਤਹਾ ਹੁੰਦੀ ਸੀ ਗਰਮੀ ਦੀ ਛੁੱਟੀ ਮੈਂ ਕਰਦਾ ਨਹੀਂ ਜਦੋਂ ਮੈਂ ਸਿਆਸਤ ਜਦੋਂ ਮੈਂ ਕੈਂਪੇਨ ਸ਼ੁਰੂ ਕਰ ਦਿੰਦਾ ਨਾ ਫਿਰ ਮੈਨੂੰ ਛੁੱਟੀ ਕਰਨਾ ਬਹੁਤ ਪੈੜਾ ਲੱਗਦਾ ਛੁੱਟੀ ਮੈਂ ਕਰਦਾ ਨਹੀਂ ਸੀ ਹਰ ਮੌਸਮ ਨਾਲ ਅੱਛਾ ਤੁਸੀਂ ਇਕੱਲੇ ਨਹੀਂ ਹਾਰੇ 12 ਸੀਟਾਂ ਹੋਰ ਬੀਜੇਪੀ ਹਾਰੀ ਬੀਜੇਪੀ ਤਾਂ 13 ਦੀਆਂ 13 ਸੀਟਾਂ ਹਾਰ ਗਈ ਹਾਂ ਮਹਾਰਾਜ ਦੀ ਕਿਰਪਾ ਕਈਆਂ ਤੇ ਹੋਈਏ ਮੇਰੇ ਤੇ ਇਕੱਲੇ ਨਹੀਂ ਸਾਰਿਆਂ ਤੇ ਹੋਈ ਹੈ ਬੀਜੇਪੀ ਇਕੱਲੇ ਤੇ ਨਹੀਂ ਹੋਈ ਕਿਉਂ ਦੇਖਦੇ ਹੋ ਕਿ ਬੀਜੇਪੀ 13 ਦੀਆਂ 13 ਸੀਟਾਂ ਹਾਰ ਗਈ ਇਹਦਾ ਐਨਲਿਸਿਸ ਇਹਦਾ ਐਨਲਿਸਿਸ ਕਰਨਾ ਚਾਹੀਦਾ ਪਾਰਟੀ ਨੂੰ ਬੈਠ ਕੇ ਚਿੰਤਨ ਕਰਨਾ ਚਾਹੀਦਾ ਇਹਦੀ ਕੀ ਵਜ੍ਹਾ ਹੈ ਪੰਜਾਬ 'ਚ ਕਿਉਂ ਇਸ ਤਰ੍ਹਾਂ ਹੋਇਆ ਆਦਰਵਾਇਜ਼ ਕਹਿੰਦੇ ਨਾ ਦਿਲ ਕੇ ਬਹਿਲਾਣੇ ਕੋ ਗਾਲਬ ਖਿਆਲ ਅੱਛਾ ਹੈ ਇਹ ਖਿਆਲ ਬੁਰਾ ਨਹੀਂ ਪਰਸੈਂਟੇਜ ਹਰ ਵਾਰੀ ਵੱਧ ਰਹੀ ਹੈ ਤੇ ਆਉਣ ਵਾਲਾ ਭਵਿੱਖ ਜਿਹੜਾ ਬੀਜੇਪੀ ਦਾ ਹੈ ਇਸ ਕਰਕੇ ਵੀ ਕਿਉਂਕਿ ਜੇਕਰ ਅਕਾਲੀ ਦਲ ਦੇ ਨਾਲ ਅਲਾਈنس ਹੁੰਦਾ ਤਾਂ ਦੋਵਾਂ ਦੀਆਂ ਵੋਟਾਂ ਮਿਲਾ ਕੇ 6 ਸੀਟਾਂ ਦੋਵੇਂ ਪਾਰਟੀਆਂ ਜਿੱਤਰੀਆਂ ਸੀ ਤੁਹਾਨੂੰ ਲੱਗਦਾ ਹੈ ਲਾਈਨਸ ਹੋਣਾ ਚਾਹੀਦਾ ਭਵਿੱਖ ਦੇ ਵਿੱਚ ਹਾਂ ਜਿਹੜੇ ਦੋਸਤ ਹੁੰਦੇ ਆ ਜੋ ਕਿਸੇ ਗੱਲਾਂ ਡਿਫਰੈਂਸਸ ਹੋ ਜਾਣ ਉਹਨਾਂ ਦੇ ਉਹ ਜੇ ਰੀਯੂਨੀਅਨ ਹੋ ਜਾਏ ਤਾਂ ਉਹਦੇ ਵਿੱਚ ਕੋਈ ਹਰਜ ਨਹੀਂ ਹੈ ਅਸੀਂ ਤਾਂ ਮਿਲਾਉਣ ਵਾਲਿਆਂ ਵਿੱਚ ਹੀ ਆ ਨਹੀਂ ਹੋਣਾ ਚਾਹੀਦਾ ਲਾਈਨਸ ਉੰਦਾ ਤਾਂ ਫੇਰ ਮੈਨੂੰ ਨਹੀਂ ਪਤਾ ਹੋਣਾ ਚਾਹੀਦਾ ਨਹੀਂ ਲੇਕਿਨ ਮੈਂ ਦੋਸਤੀ ਦੇ ਤੌਰ ਤੇ ਕਹਿੰਨਾ ਜੇ ਦੋਸਤੀ ਦਿਲੋਂ ਸਗੀ ਜੇ ਦਿਲੋਂ ਸਗੀ ਤੇ ਰੀਯੂਨੀਅਨ ਹੋ ਜਾਣੀ ਚਾਹੀਦੀ ਹੈ ਤੇ ਜੇ ਨਹੀਂ ਸੀ ਦਿਲੋਂ ਤੇ ਫੇਰ ਅਲੱਗ-ਅਲੱਗ ਹੀ ਠੀਕ ਹੈ ਅਲੱਗ-ਅਲੱਗ ਰਹਿ ਕੇ ਵੀ ਪਰਸੈਂਟੇਜ ਤਾਂ ਵਧੀ ਹੈ ਨਾ ਲੇਕਿਨ 6 ਸੀਟਾਂ ਜਿੱਤ ਸਕਦੀ ਸੀ ਜੇ ਅਕਾਲੀ ਬੀਜੇਪੀ ਦੋਵੇਂ ਹੁੰਦੇ ਫੇਰ ਜਿੱਤ ਜਾਣਗੇ ਬੰਗਾਲ ਚ ਵੀ ਇਦਾਂ ਸੀ ਫੇਰ ਜਿੱਤਣਾ ਸ਼ੁਰੂ ਕਰਤਾ ਸੀ ਬੀਜੇਪੀ ਨੇ 2027 ਚ ਕਿਵੇਂ ਦਿਖਦੇ 2027 ਚ ਬਹੁਤ ਅੱਛਾ ਮੇਰਾ ਖਿਆਲ ਬੀਜਪੀ ਲਈ ਠੀਕ ਰਹੇਗਾ ਕਿਉਂਕਿ ਉਹਨਾਂ ਨੇ ਹੁਣ ਇਸ ਪਹਿਲੀ ਵਾਰੀ ਇਕੱਲਿਆਂ ਲੜੀ ਸੀ ਇਲੈਕਸ਼ਨ ਬੰਦਿਆਂ ਦੀ ਵੀ ਘਾਟ ਸੀ ਵਰਕਰਜ਼ ਨੂੰ ਵੀ ਤਜਰਬਾ ਸੀ ਉਹ ਪਿਛ ਲੱਜੇ ਬਣ ਕੇ ਕੰਮ ਕਰਦੇ ਸੀ ਹੁਣ ਉਹਨਾਂ ਨੂੰ ਆਪ ਲੜਨਾ ਪਿਆ ਤੇ ਆਈ ਹੋਪ ਕਿ ਉਹਨਾਂ ਦੀ ਰਿਹਸਲ ਹੋ ਗਈ ਹੈ ਰਿਹਸਲ ਤੋਂ ਬਾਅਦ ਠੀਕ ਪਰਫਾਰਮ ਕਰਨਗੇ 2027 ਦਾ ਜ਼ਿਕਰ ਹੋ ਰਿਹਾ ਇੱਕ ਜ਼ਿਕਰ ਇਸ ਗੱਲ ਦਾ ਵੀ ਹੋ ਰਿਹਾ ਵਿਕਰਮ ਮਜੀਠੀਆ ਤੋਂ ਤੁਸੀਂ ਬੜਾ ਗੁੱਸੇ ਵਿੱਚ ਨਜ਼ਰ ਆਏ ਇੰਨਾ ਗੁੱਸਾ ਕਿਉਂ ਸੀ ਵਿਕਰਮ ਮਜੀਠੀਆ ਨੂੰ ਲੈ ਕੇ ਜੀ ਮੈਂ ਗੁੱਸੇ ਵਿੱਚ ਨਹੀਂ ਹੁੰਦਾ ਹਾਂ ਮਜੀਠੀਆ ਨੂੰ ਲੈ ਕੇ ਜਿਹੜੇ ਤੁਹਾਡੇ ਗਿਲਾ ਕਰਦਾ ਹੁੰਦਾ ਕਿ ਕਮ ਸੇ ਕਮ ਜਦ ਸਾਰੇ ਮੈਨੂੰ ਇੰਨਾ ਦਵਾਰ ਐ ਇੰਨਾ ਕੁਝ ਮੇਰੇ ਬਾਰੇ ਬੋਲ ਰਿਹਾ ਉਹਨਾਂ ਨੇ 3-4 ਵੀਡੀਓ ਪਾਈਆਂ ਬਹੁਤ ਮਾੜੇ ਸ਼ਬਦ ਬੋਲੇ ਉਹਨੇ ਚਿੱਠੀ ਲਿਖੀ ਕਮਿਸ਼ਨ ਨੂੰ ਕਿ ਇਹੋ ਕੈਂਡੀਡੇਟ ਬਹੁਤ ਬੁਰਾ ਹੈ ਇਹਨੂੰ ਚੇਂਜ ਕਰੋ ਉਹਨਾਂ ਨੇ ਟਵੀਟ ਜਿਸ ਦਿਨ ਕੀਤਾ ਉਸ ਦਿਨ ਮੈਂ ਬੋਲਿਆ ਸੀ ਮੈਂ ਐਕਸ਼ਨ ਤਾਂ ਕਦੀ ਨਹੀਂ ਕਰਦਾ ਰਿਐਕਟ ਥੋੜਾ ਬਹੁਤਾ ਜਿੰਨ ਜਿਹੜਾ ਡਿਜ਼ਰਵ ਕਰਦਾ ਉਹਨੂੰ ਜ਼ਰੂਰ ਦੱਸੋ ਆਇਨਾ ਜ਼ਰੂਰ ਦਿਖਾਓ ਕਿ ਕਮ ਸੇ ਕਮ ਤੂੰ ਤਨਾ ਬੋਲ ਤੈਨੂੰ ਤਾਂ ਮੈਂ ਜ਼ਿੰਦਗੀ ਦੇ ਕੀਮਤੀ ਸਾਲ ਦਿੱਤੇ ਹੋਏ ਆ ਔਰ ਫ੍ਰੀ ਆਫ ਕਾਸਟ ਫਰੀ ਆਫ ਕੋਸਟ ਮੈਂ ਗੈਰਾਂ ਨੂੰ ਅੰਡਰਲਾਈਨ ਕਰ ਲਓ ਹਰ ਬੰਦੇ ਨੇ ਕੁਝ ਨਾ ਕੁਝ ਲਿਆ ਹੋਊਗਾ 10 12 ਸਾਲ ਲਾ ਕੇ ਮੈਂ ਕੋਈ ਫਾਇਦਾ ਤਾਂ ਨਹੀਂ ਲਿਆ ਕੋਈ ਮੈਂ ਤਾਂ ਹਜ਼ਾਰ ਵਾਰ ਕਿਹਾ ਉਹਨਾਂ ਕਿ ਸਾਰੀਆਂ ਏਜੰਸੀਆਂ ਸਾਰੇ ਲੋਕ ਚੈੱਕ ਕਰਨ ਹੰਸ ਰਾਜ ਹੰਸ ਨੇ ਗਾਉਂ ਚ ਬਹੁਤ ਪੈਸੇ ਬਣਾਏ ਸੀ ਕੋਈ ਕਮੀ ਨਹੀਂ ਮੈਂ ਠੀਕ ਮਜ਼ਦੂਰ ਦਾ ਪੁੱਤ ਸੀ ਲੇਕਿਨ ਮੈਂ ਇੰਨਾ ਕਮਾਇਆ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਮੈਂ ਗਰੀਬ ਹਾਂ ਨਾ ਮੇਰੇ ਬੱਚੇ ਵੀ ਚਲਦੀਆਂ ਫਿਰਦੇ ਬਹੁਤ ਅੱਛਾ ਪੂਰੀ ਦੁਨੀਆ ਚ ਘੁੰਮਦੇ ਫਿਰਦੇ ਨੇ ਮੇਰੇ ਦੋਨੇ ਬੇਟੇ ਬੜੇ ਪਿਆਰੇ ਨਵਰਾਜ ਜੀ ਯੁਵਰਾਜ ਜੀ ਔਰ ਸਾਨੂੰ ਕੋਈ ਕਮੀ ਨਹੀਂ ਹੈ ਪਰ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਸਿਆਸਤ ਵਿੱਚ ਨਹੀਂ ਕੋਈ ਇੱਕ ਵੀ ਪੈਸਾ ਕਮਾਇਆ ਅੱਛਾ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਦਾ ਪੰਜਾਬ ਚ ਜਿਤਨਾ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਜਿਹਦੇ ਵੀ ਕਿਸਮਤ ਚ ਨਸੀਬ ਚ ਲਿਖੀ ਹੋਈ ਆ ਜੀਤ ਉਹ ਠੀਕ ਹੈ ਉਹ ਅਮਰਿਤ ਛਾਉਂਦੇ ਸੀ ਬੱਚਿਆਂ ਨੂੰ ਚੰਗੇ ਰਸਤੇ ਲਾਉਂਦੇ ਸੀ ਨਸ਼ੇ ਛਡਾਉਂਦੇ ਸੀ ਲੋਕਾਂ ਨੇ ਐਪਰੀਸ਼ੀਏਟ ਕੀਤਾ ਆਈ ਸ਼ੁੱਡ ਆਲਸੋ ਐਪਰੀਸ਼ੀਏਟ ਮੈਂ ਵਧਾਈ ਦਿੰਦਾ ਇੱਕ ਤੁਹਾਡਾ ਗਾਣਾ ਬੜਾ ਮਸ਼ਹੂਰ ਹੈ ਸਿੱਲੀ ਸਿੱਲੀ ਆਂਦੀ ਹੈ ਹਵਾ ਹਰ ਕਿਸੇ ਦੀ ਜ਼ਬਾਨ ਦੇ ਉੱਤੇ ਹੁੰਦਾ ਹੁਣ ਹਵਾ ਭਾਜਪੀ ਨੂੰ ਲੈ ਕੇ ਕਿਸ ਪਾਸੇ ਨਜ਼ਰ ਆਂਦੀ ਹੈ ਕਿਉਂਕਿ ਤੁਸੀਂ ਜਦੋਂ ਪ੍ਰਚਾਰ ਕਰ ਰਹੇ ਸੀ ਉਦੋਂ ਵੀ ਮੈਂ ਤਾਂ ਠੰਡੀ ਠੰਡੀ ਹਵਾ ਹੀ ਬੀਜੇਪੀ ਦੀ ਹੁਣ ਵੀ ਠੰਡੀ ਠੰਡੀ ਹਵਾ ਮੈਂ ਤਾਂ ਠੰਡੀ ਠੰਡੀ ਹਵਾ ਲ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਜਾਣਾ ਐਡੀ ਵੱਡੀ ਮੁਲਕ ਦਾ ਇਹ ਕੋਈ ਛੋਟੀ ਗੱਲ ਹੈ ਮੇਰਾ ਲੀਡਰ ਹੀਰੋ ਆ ਦੁਨੀਆ ਦਾ ਉਹ ਹੁਣ ਫਿਰ ਹੀਰੋ ਸਿੱਧ ਹੋ ਰਿਹਾ ਅੱਛਾ ਤੁਸੀਂ ਉਹ ਕਲੀਅਰ ਨਹੀਂ ਕੀਤਾ ਕਿ ਜਦੋਂ ਤੁਹਾਡੇ ਤੇ ਅਟੈਕ ਹੋਇਆ ਜਿਸ ਦਿਨ ਪ੍ਰਧਾਨ ਮੰਤਰੀ ਨੇ ਆਣਾ ਸੀ ਕੀ ਹੋਇਆ ਉਸ ਵੇਲੇ ਤੁਹਾਡੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਕੀ ਕੁਝ ਹੋਇਆ ਉਸ ਵੇਲੇ ਮੈਂ ਉਹਨਾਂ ਨੇ ਰੈਲੀ ਸੀ ਨਾ ਉਸ ਦਿਨ ਬੜੀ ਰੈਲੀ ਸੀ ਮੈਂ ਵੀ ਰੈਲੀ ਚ ਜਾ ਰਿਹਾ ਸੀ ਉਹ ਜੋ ਹੋਇਆ ਉਹਨੂੰ ਰਿਪੀਟ ਕੀ ਕਰਨਾ ਬੁਰੇ ਸੁਪਨੇ ਵਾਂਗ ਭੁੱਲ ਜਾਓ ਲੇਕਿਨ ਉਹਨਾਂ ਨੇ ਉਹਨਾਂ ਦੀ ਮਿਹਰਬਾਨੀ ਆ ਕਿ ਉਹਨਾਂ ਨੇ ਰੈਲੀ ਡਿਲੇਅ ਕੀਤੀ ਉਹਨਾਂ ਨੇ ਕਿਹਾ ਪਹਿਲਾਂ ਬੰਦਾ ਕੱਢ ਕੇ ਲਿਆਓ ਫਿਰ ਰੈਲੀ ਸਟਾਰਟ ਕਰਾਂਗੇ ਫਿਰ ਮੈਂ ਜਦੋਂ ਸਟੇਜ ਤੇ ਗਿਆ ਸਾਰੇ ਜਹਾਨ ਨੇ ਦੇਖਿਆ ਉਹਨਾਂ ਨੇ ਹੱਥਾਂ 'ਚ ਹੱਥ ਫੜ ਕੇ ਹੱਗ ਵੀ ਕੀਤਾ ਹਨ ਕਿ ਤੂੰ ਠੀਕ ਐ ਮੈਂ ਕਿਹਾ ਮੈਂ ਠੀਕ ਐ ਭਾਰਤ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਹਮੇਸ਼ਾ ਨਾਲ ਕੋਈ ਗੱਲਬਾਤ ਹੋਈ ਉਹ ਜਿਸ ਉਹਨਾਂ ਨੇ ਕਿਹਾ ਕਿ ਕਿਉਂਕਿ ਸਭ ਤੋਂ ਜ਼ਿਆਦਾ ਉਹਨਾਂ ਨੇ ਕਿਹਾ ਕਿ ਦਾਵੇ ਜੂ ਫਾਈਟ ਜਿੱਦਾਂ ਤੂੰ ਲੜਿਆ ਨਾ ਇਲੈਕਸ਼ਨ ਕੋਈ ਇਸ ਇਦਾਂ ਸਾਨੂੰ ਉਮੀਦ ਨਹੀਂ ਸੀ ਤੇਰੀ ਬੋਲੀ ਸੌਫਟ ਹੈ ਲੇਕਿਨ ਤੂੰ ਜਿੱਦੀ ਵੀ ਆ ਵਾਰ ਵੀ ਵਾਰੀਅਰ ਵੀ ਆ ਤੇਰਾ ਆ ਰੂਪ ਦੇਖ ਕੇ ਸਾਨੂੰ ਖੁਸ਼ੀ ਬੜੀ ਹੋਈ ਹੈ ਇਹ ਹਮੇਸ਼ਾ ਨੇ ਕਿਹਾ ਪ੍ਰਧਾਨ ਮੰਤਰੀ ਸਾਰਿਆਂ ਨੇ ਕਿਹਾ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਦਿਨ ਕਿਹਾ ਫਿਰ ਹਮੇਸ਼ਾ ਸਾਹਿਬ ਨੇ ਕਿਹਾ ਨੱਡਾ ਸਾਹਿਬ ਉਹ ਦਿੱਤ ਰਸ਼ੀਫ ਲੈ ਸੀ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸਾਰੇ ਲੀਡਰਾਂ ਨੇ ਸਾਰੇ ਹਿੰਦੁਸਤਾਨ 'ਚ ਇਹ ਚਰਚਾ ਹੋਈ ਹੈ ਬਲਕਿ ਪੂਰੀ ਦੁਨੀਆ 'ਚ ਬਾਰੋ-ਬਾਰ ਵੀ ਕਿ ਬੰਦਾ ਵੀ ਸਬਰ ਦੀ ਵੀ ਇੰਤਹਾ ਹੈ ਜੇ ਇੱਕ ਅੱਧੀ ਵਾਰੀ ਗੁੱਸਾ ਆਉਂਦਾ ਤੇ ਉਹ ਵੀ ਇਨਸਾਨ ਹੈ ਕੋਈ ਫਰਿਸ਼ਤਾ ਨਹੀਂ ਉਹ ਵੀ ਉਹਨਾਂ ਦੋ ਚੋਂ ਬੰਦਿਆਂ ਤੇ ਸੀ ਮੈਂ ਫਿਰ ਕਲੀਅਰ ਕਰਦਾ ਕਿ ਸਾਨਾ ਨੂੰ ਨਹੀਂ ਮੈਂ ਕਿਹਾ ਸੀ ਚਲੋ ਧੰਨਵਾਦ ਤੁਸੀਂ ਸਮਝ ਦਿੱਤਾ ਬਹੁਤ ਸ਼ੁਕਰੀਆ ਜਨਾਬ ਮਕੇ ਜੀ ਥੈਂਕ ਯੂ ਵੈਰੀ ਚਾਹੇ ਸਿਆਸੀ ਤੌਰ ਤੇ ਅੱਗੇ ਵਧੋ ਚਾਹੇ ਪ੍ਰੋਫੈਸ਼ਨਲੀ ਗਾਈ ਕੀ ਵਾਲੇ ਪਾਸੇ ਜਾ ਸਕਦੇ ਹੋ ਦੇਖਦੇ ਹਾਂ ਕਿਹੜਾ ਪਾਸਾ ਖੁੱਲਾ ਖੋਲਦਾ ਰੱਬ ਰੱਬ ਤੇ ਸੁੱਟੋ ਡੋਰੀਆਂ